प्रियकाल जी स्वागत है ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ Let's Learn With Harpreet ਸੋ ਅੱਜ ਅਸੀਂ ਕਰਨ ਜਾ ਰਹੇ ਹਾਂ ਚੈਪਟਰ ਨੰਬਰ 2 ਪੋਲੀਨੋਮੀਅਲਸ ਫਰਸਟ ਚੈਪਟਰ ਰੀਅਲ ਨੰਬਰਸ ਅਸੀਂ ਕੰਪਲੀਟ ਕਰ ਚੁੱਕੇ ਹਾਂ ਉਹਦੇ MCQ ਸੀਰੀਜ਼ ਵੀ ਅਸੀਂ ਕਰ ਚੁੱਕੇ ਹਾਂ ਕੇਸਟਡੀ ਵੀ ਅਸੀਂ ਕਰ ਚੁੱਕੇ ਹਾਂ ਉਹਨਾਂ ਦਾ ਸਾਰਿਆਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੇਗਾ ਸੋ ਪਲੀਜ਼ ਤੁਸੀਂ ਉਸ ਚੈਪਟਰ ਨੂੰ ਜ਼ਰੂਰ ਦੇਖਿਓ ਚਲੋ ਅੱਜ ਦਾ ਸਾਡਾ ਟੌਪਿਕ ਹੈ ਜੋ ਸੈਕੰਡ ਚੈਪਟਰ ਦਾ ਫਰਸਟ ਟੌਪਿਕ ਹੈ ਜ਼ੀਰੋਜ਼ ਆਫ ਪੋਲੀਨੋਮੀਅਲ ਉਹ ਅਸੀਂ ਕਰਦੇ ਆ ਉਹਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਬੇਸਿਕ ਕਨਸੈਪਟ ਇਹਦੇ ਨਾਲ ਰਿਲੇਟਡ ਕਰਵਾਏ ਜਾਣਗੇ ਕਿ ਪੋਲੀਨੋਮੀਅਲਸ ਕੀ ਹੁੰਦੀਆਂ ਨੇ ਫਿਰ ਅਸੀਂ ਨੈਕਸਟ ਪ੍ਰੋਸੀਡ ਕਰਾਂਗੇ ਕਿ ਜ਼ੀਰੋਜ਼ ਆਫ ਪੋਲੀਨੋਮੀਅਲ ਅਸੀਂ ਕੀਮੇ ਫਾਈਂਡ ਕਰਦੇ ਹਾਂ ਜਾਂ ਕੀ ਹੁੰਦੀਆਂ ਨੇ ਠੀਕ ਹੈ ਸਭ ਤੋਂ ਪਹਿਲੇ ਇਹ ਬੇਸਿਕ ਕਨਸੈਪਟ ਜਿਹਦੇ ਨਾਲ ਇਹ ਜਿਹੜਾ ਇਹ ਟਾਪਿਕ ਆ ਲਿੰਕਡ ਹੈ ਅਲਜੈਬਰਿਕ ਐਕਸਪ੍ਰੈਸ਼ਨ ਅਲਜੈਬਰਿਕ ਐਕਸਪ੍ਰੈਸ਼ਨ ਕੀ ਹੁੰਦਾ ਕਹਿੰਦੇ ਇਹ ਇੱਕ ਮੈਥਮੈਟਿਕਲ ਐਕਸਪ੍ਰੈਸ਼ਨ ਆ ਇਹ ਮੈਥਮੈਟਿਕਲ ਐਕਸਪ੍ਰੈਸ਼ਨ ਕਨਸਿਸਟਿੰਗ ਆਫ ਵੇਰੀਏਬਲਸ ਐਂਡ ਕਨਸਟੈਂਟ ਅਲਜੈਬਰਿਕ ਐਕਸਪ ਕਲੀ ਐਕਸਪ੍ਰੈਸ਼ਨ ਹੁੰਦਾ ਜਿਹਦੇ ਵਿੱਚ ਵਰੀਏਬਲਸ ਤੇ ਕਨਸਟੈਂਟ ਕਨੈਕਟ ਹੁੰਦੇ ਆ ਕੁਝ ਬੇਸਿਕ ਆਪਰੇਸ਼ਨਸ ਦੇ ਨਾਲ ਬੇਸਿਕ ਆਪਰੇਸ਼ਨ ਕਿਹੜੇ ਹੁੰਦੇ ਆ ਪਲੱਸ ਮਾਈਨਸ ਮਲਟੀਪਲਾਈ ਯਰ ਡਿਵਾਈਡ ਯਾਨੀ ਕਿ ਕਿਤੇ ਨਾ ਕਿਤੇ ਜਿਹੜੇ ਵਰੀਏਬਲਸ ਤੇ ਕਨਸਟੈਂਟ ਉਹ ਕਿਤੇ ਨਾ ਕਿਤੇ ਅਸੀਂ ਕਨੈਕਟ ਕਰ ਲਈਏ ਜਦੋਂ ਤਾਂ ਉਹ ਕੀ ਬਣਾ ਦਿੰਦੇ ਆ ਅਲਜੈਬਰਿਕ ਐਕਸਪ੍ਰੈਸ਼ਨ ਵਰੀਏਬਲਸ ਮਤਲਬ ਜਿਨ੍ਹਾਂ ਦੀ ਵੈਲਿਊ ਸਾਨੂੰ ਪਤਾ ਨਹੀਂ ਹੁੰਦੀ ਅਨਨੋਨ ਵੈਲਿਊਜ਼ वेरीएबल मतलब अनोन वैल्यूज जहाँ की वैल्यू असी फाइन करनी होंगी कॉन्सटेंट मतलब जो फिक्सड वैल्यू ने जिमें वन टू थ्री माइनस वन माइनस टू माइनस थ्री ये सारे के सारे की ने कॉन्सटेंट्स ठीक है जहाँ की वैल्यू फिक्स है ठीक है वेरीएबल्स जहाँ की वैल्यू फिक्स नहीं है जिम्मे एक्स वाई जेड ए बी सी कुछ भी जो लैके कंसीडर किया हो फॉर एग्जाम्पल अगर मैं बनाना चाहवा कोई भी अलजैब्रिक एक्सप्रैशन एक्स ठीक है एक्सन मल्टीप्लाई करता टू एक्स नाल भी एक अलजैब्रिक एक्सप्रैशन है एक्स +3 ਇਹ ਵੀ ਇੱਕ ਅਲਜੈਬਰਿਕ ਐਕਸਪ੍ਰੈਸ਼ਨ ਹੈ x 3 ਇਹ ਵੀ ਇੱਕ ਅਲਜੈਬਰਿਕ ਐਕਸਪ੍ਰੈਸ਼ਨ ਹੈ x² 2x 5 ਇਹ ਵੀ ਇੱਕ ਅਲਜੈਬਰਿਕ ਐਕਸਪ੍ਰੈਸ਼ਨ ਹੈ ਮਤਲਬ ਐਵੇਂ ਅਸੀਂ ਵਰੀਏਬਲਸ ਤੇ ਕਨਸਟੈਂਟ ਵਰੀਏਬਲਸ ਤੇ ਕਨਸਟੈਂਟਸ ਠੀਕ ਹੈ ਇਹਨਾਂ ਨੂੰ ਮਲਟੀਪਲਾਈ ਕਰਕੇ ਚਾਹੇ ਇਹਨਾਂ ਨੂੰ ਮਲਟੀਪਲਾਈ ਕਰ ਦਈਏ ਪਲੱਸ ਕਰ ਦਈਏ ਡਿਵਾਈਡ ਕਰ ਦਈਏ ਤੇ ਅਸੀਂ ਕੀ ਬਣਾ ਲੈਨੇ ਇੱਕ ਐਕਸਪ੍ਰੈਸ਼ਨ ਬਣਾ ਲੈਣੇ ਆ ਠੀਕ ਹੈ 올 ਜੈਬਰਿਕ ਐਕਸਪ੍ਰੈਸ਼ਨ ਵੀ ਦਿੱਗੀਆਂ ਵੀ ਕੁਝ ਟਾਈਪਸ ਨੇ ਸਭ ਤੋਂ ਪਹਿਲੇ ਆ ਮੋਨੋਮੀਅਲ ਅਲਜੈਬਰਿਕ ਐਕਸਪ੍ਰੈਸ਼ਨ ਕੰਸਿਸਟਿੰਗ ਓਨਲੀ 1 ਟਰਮ ਜਿਹਦੇ ਵਿੱਚ ਸਿਰਫ ਔਰ ਸਿਰਫ ਇੱਕੋ ਟਰਮ ਹੋਏ ਉਹਨੂੰ ਅਸੀਂ ਕੀ ਕਹਿੰਦੇ ਨੇ ਆ ਮੋਨੋਮੀਅਲ ਯਾਨੀ ਕਿ ਜਿਹਦੇ ਵਿੱਚ ਇੱਕੋ ਹੀ ਟਰਮ ਆ ਜਾਂ ਕੱਲਾ ਕਨਸਟੈਂਟ ਹੀ ਹੋਏ ਠੀਕ ਹੈ ਇਹ ਵੀ ਅਲਜੈਬਰਿਕ ਐਕਸਪ੍ਰੈਸ਼ਨ ਆ ਬਟ ਉਹਦੀ ਕਿਹੜੀ ਟਾਈਪ ਹੈ ਮੋਨੋਮੀਅਲ ਠੀਕ ਹੈ ਨੈਕਸਟ ਇਕੋ ਟਰਮ ਹੀ ਆ x ਇਹ ਕੀ ਹੈ ਵਰੀਏਬਲ 2 x 2x ਇਹ ਵੀ ਕੀ ਹੈ ਅਲਜੈਬਰਿਕ ਐਕਸਪ੍ਰੈਸ਼ਨ ਆ ਬਟ ਕਿਹੜੀ ਟਾਈਪ ਆ ਦੀ ਮਨੋਮੀਅਲ ਯਾਨੀ ਇੱਕੋ टर्म ਵਾਲਾ ਜਿਹੜਾ ਅਲਜੈਬਰਿਕ ਐਕਸਪ੍ਰੈਸ਼ਨ ਹੋਏ ਉਹਨੂੰ ਕੀ ਕਹਿੰਦੇ ਨੇ ਆ ਮਨੋਮੀਅਲ ਠੀਕ ਹੈ 3x 2x ਮਲਟੀਪਲਾਈ ਬਾਏ ਟਰਮ ਤੇ ਇੱਕੋ ਹੀ ਆ ਨਾ ਠੀਕ ਹੈ -2 ਉਹਨੂੰ ਮਲਟੀਪਲਾਈ ਕੀਤਾ ਫਿਰ ਅਸੀਂ x ਨਾਲ ਫਿਰ ਮਲਟੀਪਲਾਈ ਕੀਤਾ y ਨਾਲ ਸਾਡੇ ਕੋਲ ਟਰਮ ਬਣ ਗਈ 2xy ਯਾਨੀ ਕਿ ਇੱਕੋ ਟਰਮ ਹੈ ਠੀਕ ਹੈ ਚਾਹੇ ਵਰੀਏਬਲ ਉਹਦੇ ਵਿੱਚ ਇੱਕ ਤੋਂ ਜ਼ਿਆਦਾ ਹੋ ਸਕਦੇ ਆ ਬਟ ਟਰਮਸ ਦੀ ਟਰਮ ਤਾਂ ਇੱਕੋ ਹੀ ਬਣ ਰਹੀ ਹੈ ਨਾ ਉਸੇ ਤਰ੍ਹਾਂ 11 ਉਹਨੂੰ ਮਲਟੀਪਲਾਈ ਕੀਤਾ a ਨਾਲ ਉਹਨੂੰ ਮਲਟੀਪਲਾਈ ਕੀਤਾ b² ਨਾਲ 11b² ਇਹ ਵੀ ਕੀ ਹੈ ਇੱਕੋ ਟਰਮ ਹੈ ਨੈਕਸਟ ਵੀ ਸੇਮ ਹੈ ਬਾਈਨੋਮੀਅਲਸ ਮਤਲਬ ਉਹ ਅਲਜੈਬਰਿਕ ਐਕਸਪ੍ਰੈਸ਼ਨਸ ਜਿਹੜੇ ਕੰਸਿਸਟ ਕਰਦੇ ਆ ਦੋ ਟਰਮਸ ਨੂੰ ਵਿੱਚ ਕੰਸਿਸਟ ਟੂ ਟਰਮਸ ਯਾਨੀ ਕਿ ਜੇ ਦਾ ਬਣਾ ਲਿਆ x 7 1 ਅਸੀਂ ਲੈ ਲਿਆ ਕਨਸਟੈਂਟ ਉਹਦੇ ਤੇ ਆਪਰੇਸ਼ਨ ਲਾਤਾ 7 ਯਾਨੀ ਕਿ ਇੱਕ ਟਰਮ ਇਹ ਆ ਗਈ ਇੱਕ ਟਰਮ ਇਹ ਆ ਗਈ ਦੋ ਟਰਮਸ ਵਾਲਾ ਹੋ ਗਿਆ ਇਸ ਕਰਕੇ ਕੀ ਹੈ ਬਾਈਨੋਮੀਅਲ ਉਸੇ ਤਰ੍ਹਾਂ ਫਰਸਟ x x ਕੀਤਾ x² ਬਣ ਗਿਆ 2 x 2x ਯਾਨੀ ਕਿ ਇਹਦੇ ਵਿੱਚ ਵੀ ਕਿੰਨੀਆਂ ਟਰਮਸ ਆ ਗਈਆਂ 2 ਟਰਮਸ ਇਸ ਕਰਕੇ ਇਹ ਵੀ ਕਿਹੜਾ ਐਕਸਪ੍ਰੈਸ਼ਨ ਹੈ ਬਾਈਨੋਮੀਅਲ ਯਾਨੀ ਕਿ ਦੋ ਟਰਮਸ ਵਾਲਾ ਅਲਜੈਬਰਿਕ ਐਕਸਪ੍ਰੈਸ਼ਨ ਹੈ x2 1 ਯਾਨੀ ਕਿ x ਨੂੰ ਮਲਟੀਪਲਾਈ ਕੀਤਾ x ਨਾਲ 1 ਨਾਲ ਯਾਨੀ ਕਿ ਦੋ ਟਰਮਸ ਬਣਾਤੀਆਂ ਇੱਕ ਟਰਮ ਇੱਕ x2 ਟਰਮ ਹੋ ਗਈ ਇੱਕ 1 ਯਾਨੀ ਕਿ ਇਹ ਵਾਲੀ ਔਰ ਇੱਕ a ਵਾਲੇ ਦੋ ਟਰਮਸ ਵਾਲੇ ਉਸੇ ਤਰ੍ਹਾਂ ਦੋ ਵਰੀਏਬਲਸ ਨਾਲ ਵੀ ਕਰ ਸਕਦੇ ਹੋ 17 x 17x ਆ ਗਿਆ ਔਰ 2 y 2y ਔਰ ਉਹਨਾਂ ਨੂੰ ਅਲੱਗ ਕਰਨ ਲਈ ਵਿੱਚ ਕਿਹੜਾ ਸਾਈਨ ਪਾਤਾ ਪਲੱਸ ਆ ਯਾਨੀ ਕਿ ਇੱਕ ਟਰਮ ਇਹ ਹੋ ਗਈ ਇੱਕ ਟਰਮ a ਵਾਲੀ ਹੋ ਗਈ ਠੀਕ ਹੈ ਉਸੇ ਤਰ੍ਹਾਂ ਇਹ ਠੀਕ ਹੈ ਨੈਕਸਟ ਆ ਟਰਾਈਨੋਮੀਅਲ ਜਿਹਦੇ ਵਿੱਚ ਦੋ ਤੋਂ ਸਭ ਤੋਂ ਪਹਿਲਾਂ ਕੀਤਾ ਸੀ ਮਨੋਮੀਅਲ ਮਨੋਮੀਅਲ ਮਤਲਬ ਉਹ ਐਕਸਪ੍ਰੈਸ਼ਨ ਅਲਜੈਬਰਿਕ ਐਕਸਪ੍ਰੈਸ਼ਨ ਜਿਹਦੇ ਵਿੱਚ ਇੱਕੋ ਹੀ ਟਰਮ ਹੋਏ ਅਲਜੈਬਰਿਕ ਐਕਸਪ੍ਰੈਸ਼ਨ ਕਿਉਂ ਕਹਿ ਰਹੇ ਆ ਕਿਉਂਕਿ ਇਹਦੇ ਵਿੱਚ ਕਨਸਟੈਂਟ ਤੇ ਵਰੀਏਬਲਸ ਜਿਹੜੇ ਆ ਉਹਨਾਂ ਨੂੰ ਅਸੀਂ ਜਾਂ ਤੇ ਮਲਟੀਪਲਾਈ ਕਰ ਰਹੇ ਆ ਜਾਂ ਡਿਵਾਈਡ ਕਰ ਰਹੇ ਆ ਜਾਂ ਪਲੱਸ ਕਰ ਰਹੇ ਆ ਜਾਂ ਮਾਈਨਸ ਕਰ ਰਹੇ ਆ ਠੀਕ ਹੈ ਪਲੱਸ ਮਾਈਨਸ ਜਿਹੜਾ ਉਹਨਾਂ ਦੀ ਟਰਮਸ ਨੂੰ ਕੀ ਕਰਦਾ ਡਿਵਾਈਡ ਕਰ ਦਿੰਦਾ ਅਗਰ ਵਿੱਚ ਪਲੱਸ ਸਾਈਨ ਪਾ ਦੋ ਤਾਂ ਵੀ ਦੋ ਟਰਮਸ ਹੋ ਜਾਂਦੀਆਂ ਜੋਜ ਜਾਂ ਦੋ ਤੋਂ ਜ਼ਿਆਦਾ 3 ਵੀ ਹੋ ਸਕਦੀਆਂ ਠੀਕ ਹੈ ਨੋਮੀਅਲ ਜਿਹਦੇ ਵਿੱਚ ਤਿੰਨ ਕਿੰਨੀਆਂ ਟਰਮਸ ਆਉਣ ਉਹ ਐਕਸਪ੍ਰੈਸ਼ਨ ਜਿੰਨੇ ਕਿੰਨੀਆਂ ਕੰਸਿਸਟ ਕੀਤੀਆਂ ਆਨ ਟਰਮ 3 ਟਰਮਸ ਜਿਵੇਂ ਕਿ ਇਹ ਆ 2x2 3x 5 ਯਾਨੀ ਕਿ 2 ਆ 2 ਨੂੰ x ਨਾਲ ਮਲਟੀਪਲਾਈ ਕੀਤਾ ਠੀਕ ਹੈ ਫਿਰ x ਨਾਲ ਮਲਟੀਪਲਾਈ ਕੀਤਾ ਕੀ ਆ ਗਿਆ ਸਾਡੇ ਕੋਲ 2x2 ਠੀਕ ਹੈ ਵਰੀਏਬਲਸ ਦੇ ਕਨਸਟੈਂਟਸ ਨੂੰ ਅਸੀਂ ਮਲਟੀਪਲਾਈ ਕਰਤਾ 2x2 ਇੱਕ ਟਰਮ a ਬਣ ਗਈ ਠੀਕ ਹੈ ਪਲੱਸ ਨੈਕਸਟ टर्म 3 x ਕਰਕੇ ਬਣ ਗਈ ਪਲੱਸ ਨੈਕਸਟ टर्म ਕੀ ਆ ਗਈ ਕਨਸਟੈਂਟ ਯਾਨੀ ਕਿ ਇਹ ਦੇਖੋ ਕਿੰਨੀਆਂ টারਮਸ ਨੇ 3 টারਮਸ ਨੇ ਇੱਕ ਹੀ ਹੋ ਗਿਆ ਟਰਾਈਨੋਮੀਅਲ ਅਲਜੈਬਰਿਕ ਐਕਸਪ੍ਰੈਸ਼ਨ ਹੈ ਬਟ ਇਹ ਕੀ ਆ ਟਰਾਈਨੋਮੀਅਲ ਕਿਉਂਕਿ ਇਹਨੇ ਕਿੰਨੀਆਂ ਰਮਸ ਕਨਸਿਸਟ ਕੀਤੀਆਂ ਯਾਨੀ 3 ਇਸੇ ਤਰ੍ਹਾਂ ਤੁਸੀਂ ਬਹੁਤ ਸਾਰੀਆਂ ਬਣਾ ਸਕਦੇ ਹੋ ਹੁਣ ਇੱਕ ਚੀਜ਼ ਹੋਰ ਨੋਟ ਕਰਿਓ ਜਦੋਂ ਤੁਸੀਂ ਅਲਜੈਬਰਿਕ ਐਕਸਪ੍ਰੈਸ਼ਨ ਨੂੰ ਬਣਾਉਂਦੇ ਹੋ ਜਿੱਦਾਂ 2 x² ਠੀਕ ਹੈ ਆ ਜਿਹੜਾ ਕਨਸਟੈਂਟ ਹੁੰਦਾ ਨਾ ਕਨਸਟੈਂਟ ਜਾਂ ਤੇ ਇਹਨੂੰ ਕਹਿ ਦਿੰਦਾ ਕੋਫੀਸ਼ੀਐਂਟ ਆਫ x² 2 ਕੀ ਹੈ ਕਿਹਦਾ ਕੋਫੀਸ਼ੀਐਂਟ ਹੈ x2 ਦਾ ਠੀਕ ਹੈ ਜਾਂ ਐਵੇਂ ਵੀ ਕਹਿ ਦਿੱਤਾ ਇਹ ਕੀ ਹੈ ਨੰਮੈਰਿਕਲ ਕੋਫੀਸ਼ੀਐਂਟ ਤੇ ਜਿਹੜਾ ਐਕਸ ਹੁੰਦਾ ਜਿਹੜਾ ਵੇਰੀਏਬਲ ਉਹਨੂੰ ਕਹਿ ਦਿੱਤਾ ਲਿਟਰਲ ਕੋਫੀਸ਼ੀਐਂਟ ਜਦੋਂ ਅਸੀਂ ਅਲਜੈਬਰਿਕ ਐਕਸਪ੍ਰੈਸ਼ਨ ਬਣਾਉਂਦੇ ਆ ਤੇ ਕਨਸਟੈਂਟ ਤੇ ਵੇਰੀਏਬਲ ਮਲਟੀਪਲਾਈ ਹੁੰਦਾ ਠੀਕ ਹੈ ਜਾਂ ਪਲੱਸ ਹੁੰਦਾ ਜਾਂ ਕੁਝ ਵੀ ਹੈ ਐਵੇਂ ਹੀ ਹੁੰਦਾ ਨਾ ਡਿਵਾਈਡ ਯਾਨੀ ਕਿ ਚਾਰ ਆਪਰੇਸ਼ਨ ਅਸੀਂ ਲਗਾਣੇ ਆ ਉਹਦੇ ਤੇ ਜਿਹੜਾ ਜਿਵੇਂ ਅਸੀਂ ਕਹੀਏ 2 ਮਲਟੀਪਲਾਈ ਐਕਸ ਸਕੁਅਰ ਹੈ ਠੀਕ ਹੈ ਨਾਲ ਕੀ ਹੈ ਕਨਸਟੈਂਟ ਤੇ ਵੇਰੀਏਬਲ ਕੀ ਹੋ ਰਿਹਾ ਮਲਟੀਪਲਾਈ ਤੇ ਜਿਹੜਾ ਕਨਸਟੈਂਟ ਲੱਗਿਆ ਉਹਨੂੰ ਕੀ ਕਵਾਂਗੇ ਨੰਮੈਰ ਅਦਰਵਾਈਜ਼ ਅਗਰ ਅਸੀਂ ਸਿੰਪਲ ਬੋਲਣਾ ਹੈ ਤੇ ਅਸੀਂ ਕਹਿੰਨੇ ਆ 3 ਇਜ਼ ਕੋਫੀਸ਼ੀਐਂਟ ਆਫ ਐਕਸ ਐਂਡ ਐਕਸ 2 ਇਜ਼ ਕੋਫੀਸ਼ੀਐਂਟ ਆਫ ਐਕਸ ਸਕੁਅਰ ਬਟ ਇਹ ਵੀ ਟਰਮਸ ਯਾਦ ਰੱਖਣੀਆਂ ਕਿ ਕੋਫੀਸ਼ੀਐਂਟ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਨੰਮੈਰੀਕਲ ਕੋਫੀਸ਼ੀਐਂਟ ਹੁੰਦਾ ਇੱਕ ਲਿਟਰਲ ਕੋਫੀਸ਼ੀਐਂਟ ਹੁੰਦਾ ਠੀਕ ਹੈ ਨੰਮੈਰੀਕਲ ਕੋਫੀਸ਼ੀਐਂਟ ਕਿਹੜਾ ਹੁੰਦਾ ਜਿਹੜਾ ਕਨਸਟੈਂਟ ਵੈਲਿਊ ਹੁੰਦੀ ਆ ਔਰ ਲਿਟਰਲ ਕੋਫੀਸ਼ੀਐਂਟ ਕਿਹੜਾ ਹੁੰਦਾ ਜਿਹੜਾ ਵਰੀਏਬਲ ਨਾਲ ਲੱਗਾ ਹੋਏ ਜਦੀ ਵੈਲਿਊਜ਼ ਅਨਨੋਨ ਹੋਏ ਐਕਸ ਵਾਈ ਜ਼ेड ਏ ਬੀ ਸੀ ਕੁਝ ਵੀ ਹੋ ਸਕਦਾ ਔ ਦਾ 2 ਉਹ ਕਨਸਟੈਂਟ ਨੂੰ ਅਸੀਂ ਕੀ ਕਹਿੰਦੇ ਨੇ ਆ ਕੋਫੀਸ਼ੀਐਂਟ ਆਫ ਕਿਹਦਾ ਕੋਫੀਸ਼ੀਐਂਟ ਹੈ x ਸਕੁਅਰ ਦਾ ਉਸੇ ਤਰ੍ਹਾਂ 5 5 ਇਕੱਲੇ ਨੂੰ ਅਸੀਂ ਕਨਸਟੈਂਟ ਵੀ ਕਹਿ ਸਕਦੇ ਹਾਂ ਠੀਕ ਹੈ ਜਾਇਨ ਇਹਦੇ ਵਿੱਚ ਵੀ ਕਹਿਣਾ ਹੋਏ ਤੇ ਇਹ ਕੀ ਹੈ ਇਹ ਕੀ ਹੈ ਇੱਕ ਨੰਮਰਿਕਲ ਕੋਫੀਸ਼ੀਐਂਟ ਹੀ ਆ ਠੀਕ ਹੈ ਜਾਂ ਕਹ ਦਈਏ ਕਨਸਟੈਂਟ ਟਰਮ ਐ ਸਿੰਪਲ ਇਹਦੇ ਨਾਲ ਕੋਈ ਵੀ ਵੇਰੀਏਬਲ ਨਹੀਂ ਲੱਗਾ ਠੀਕ ਹੈ ਉਸੇ ਤਰ੍ਹਾਂ ਜਿਵੇਂ ਅਸੀਂ ਸਭ ਤੋਂ ਪਹਿਲਾਂ ਬਣਾਈ ਸੀ ਮਾਇਨੋਮਿਅਲ ਠੀਕ ਹੈ ਜਿਹਦੇ ਵਿੱਚ ਸਿਰਫ ਕੀ ਹੁੰਦੀ ਹੈ ਇਕੋ ਟਰਮ ਹੁੰਦੀ ਹੈ ਠੀਕ ਹੈ x+7 ਇਹਦੇ ਵਿੱਚ ਦੋ ਟਰਮਸ ਆ ਗਈਆਂ ਇਹ ਕੀ ਆ ਗਿਆ ਅਲਜੈਬਰਿਕ ਐਕਸਪ੍ਰੈਸ਼ਨ ਟੂ ਟਰਮਸ ਵਾਲਾ ਉਹਨੂੰ ਅਸੀਂ ਕੀ ਕਹਿੰਦੇ ਆ ਬਾਈਨੋਮੀਅਲ ਇਹ ਕੀ ਆ ਗਿਆ 3 ਟਰਮਸ ਵਾਲਾ ਨੰਮਰਿਕਲ ਅਲਜੈਬਰਿਕ ਐਕਸਪ੍ਰੈਸ਼ਨ ਇਹਨੂੰ ਅਸੀਂ ਕੀ ਕਹ ਦਿੰਦੇ ਆ ਟਰਾਈਨੋਮੀਅਲ ਇਸੇ ਤਰ੍ਹਾਂ ਜਿੱਦਾਂ ਜਿੱਦਾਂ ਅਸੀਂ ਅੰਗੇ ਜਾਂਦੇ ਜਾਵਾਂਗੇ ਇਹ ਸਾਰੇ ਦੇ ਸਾਰੇ ਕਿਹੜੀ ਕੈਟਾਗਰੀ ਚ ਆ ਜਾਂਦੇ ਸਾਡੇ ਪੋਲੀਨੋਮੀਅਲ ਬਟ ਇਹਦੇ ਵਿੱਚ ਵਰੀਏਬਲ ਇੱਕੋ ਹੀ ਹੈ ਇਸ ਕਰਕੇ ਇਹ ਕਹ ਦਾਂਗੇ ਕਿ ਇਹ ਵਨ ਵਰੀਏਬਲ ਵਾਲਾ ਆ ਠੀਕ ਹੈ x ਇਕ टर्म ਵਾਲਾ x 7 ਦੋ টারਮਸ ਵਾਲਾ 2x2 3x 5 ਥਰੀ টারਮਸ ਵਾਲਾ ਸਾਰੀਆਂ ਦੀਆਂ ਸਾਰੀਆਂ ਇਹ ਜਿਹੜੀਆਂ ਅਸੀਂ ਪਿਛੇ ਐਗਜ਼ਾਮਪਲ ਕੀਤੀਆਂ ਨੇ ਅਲਜੈਬਰਿਕ ਐਕਸਪ੍ਰੈਸ਼ਨ ਦੀਆਂ ਇਹ ਸਾਰੀਆਂ ਦੀਆਂ ਸਾਰੀਆਂ ਕੀ ਨੇ ਪੋਲੀਨੋਮੀਅਲਸ ਦੀਆਂ ਹੀ ਟਾਈਪ ਨੇ ਠੀਕ ਹੈ 올 ਆਰ ది ਐਗਜ਼ਾਮਪਲ ਆਫ ਪੋਲੀਨੋਮੀਅਲ ਇਨ ਵਨ ਵਰੀਏਬਲ ਵਨ ਵਰੀਏਬਲ ਕਿਉਂਕਿ ਐਂਡ ਹੈ ਕਿਉਂਕਿ ਇਹਦੇ ਵਿੱਚ ਇੱਕੋ ਵਰੀਏਬਲ ਹੈ x ਹੀ ਆ ਰਿਹਾ y ਤੇ ਨਹੀਂ ਆ ਰਿਹਾ ਕਿਤੇ ਇਹਨਾਂ ਚ ਨਹੀਂ ਜੇ ਅਗਰ ਇੱਥੇ ਹੁੰਦਾ ਤੇ ਅਸੀਂ ਕਹਿ ਸਕਦੇ ਸੀ ਟੂ ਵਰੀਏਬਲਸ ਆ x اور y دو ਆ ਰਹੇ ਨੇ دو ਵਰੀਏਬਲਸ ਆ ਰਹੇ ਨੇ اس لیے ਇਹਨੂੰ ਕਹਾਂਗੇ ਇਹ ਵੀ ਪੋਲੀਨੋਮੀਅਲ ਹੀ ਆ ਬਟ ਪੋਲੀਨੋਮੀਅਲ ਕਿਹੜੀ ਆ ਟੂ ਵਰੀਏਬਲਸ ਵਾਲੀ ਠੀਕ ਹੈ ਨੈਕਸਟ ਦੇਖੋ ਉਸੇ ਤਰ੍ਹਾਂ ਸੀ ਇਹ ਵੀ ਕਵਾਂਗੇ ਇਹ ਵੀ ਕੀ ਹੈ ਐਗਜ਼ਾਮਪਲ ਆਫ ਪੋਲੀਨੋਮੀਅਲ ਇਨ ਟੂ ਵਰੀਏਬਲਸ ਜਿੱਦਾਂ ਮੈਂ ਐਗਜ਼ਾਮਪਲ ਦਿਤੀ ਹੈ 17x 2y ਇਸ ਐਨ ਐਗਜ਼ਾਮਪਲ ਆਫ ਪੋਲੀਨੋਮੀਅਲ ਵਿਦ ਟੂ ਵਰੀਏਬਲਸ ਉਸੇ ਤਰ੍ਹਾਂ ਸੀ ਕਵਾਂਗੇ 5x2 3xy ਯਾਨੀ ਕਿ ਇਹਦੇ ਵਿੱਚ ਦੋ ਵਰੀਏਬਲ ਕਿਹੜੇ ਆਗੇ ਇੱਕ x ਔਰ ਇੱਕ y टर्म्स ਇਹਦੇ ਵਿੱਚ 3 ਨੇ ਯਾਨੀ ਕਿ ਟ੍ਰਾਈਨੋਮੀਅਲ ਅਲਜੈਬਰਿਕ ਐਕਸਪ੍ਰੈਸ਼ਨ ਕਿਹੜਾ ਹੈ ਟ੍ਰਾਈਨੋਮੀਅਲ ਦਾ ਬਟ ਇਹ ਹੈ ਕੀ ਆ ਪੋਲੀਨੋਮੀਅਲ ਹੈ ਬਟ ਇਹਦੇ ਵਿੱਚ ਕਿੰਨੇ ਵਰੀਏਬਲਸ ਆ ਟੂ ਟੂ ਵਰੀਏਬਲਸ ਨੇ ਐਕਸ ਐਂਡ ਵਾਈ ਯਾਨੀ ਕਿ ਸੋ ਸਾਰੇ ਦੀ ਸਾਰੀ ਜਿਹੜੀ ਅਸੀਂ ਪਿੱਛੇ ਚੀਜ਼ ਜਿਹੜੀ ਹੈ ਸਟੱਡੀ ਕਰਕੇ ਆਏ ਹਾਂ ਤੁਹਾਡੇ ਕੋਲ ਕਨਕਲੂਜਨ ਕੀ ਨਿਕਲਿਆ ਕਿ ਪੋਲੀਨੋਮੀਅਲ ਹੁੰਦੀ ਕੀ ਆ ਅਲਜੈਬਰਿਕ ਐਕਸਪ੍ਰੈਸ਼ਨ ਹੀ ਆ ਪੋਲੀਨੋਮੀਅਲ ਕੀ ਹੈ ਇੱਕ ਅਲਜੈਬਰਿਕ ਐਕਸਪ੍ਰੈਸ਼ਨ ਹੈ ਵਿਦ 1 অর ਮੋਰ ਟਰਮਸ ਜਿਹਦੇ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਟਰਮਸ ਹੋ ਸਕਦੀਆਂ ਜਿਵੇਂ 7 ਕਿਹਾ ਮੈਂ ਠੀਕ ਹੈ ਇੱਕ ਟਰਮ ਵਾਲਾ ਜਾਂ ਕਹਦੇ ਆਂ ਯੇ ਐਕਸ ਇੱਕ ਟਰਮ ਵਾਲਾ ਇਹ ਵੀ ਪੋਲੀਨੋਮੀਅਲ ਹੈ ਬਟ ਹੈ ਕਿ ਸੀ ਇਹ ਅਲਜੈਬਰਿਕ ਐਕਸਪ੍ਰੈਸ਼ਨ ਕਿਉਂ ਕਿਉਂਕਿ ਇਹ ਅਲਜੈਬਰਿਕ ਐਕਸਪ੍ਰੈਸ਼ਨ ਕਿਉਂ ਆ ਕਿਉਂਕਿ ਇਹ ਕਨਸਟੈਂਟ ਤੇ ਵੇਰੀਏਬਲਸ ਤੋਂ ਬਣਿਆ ਕੀ ਲਾ ਕੇ ਮੈਥਮੈਟਿਕਲ ਆਪਰੇਸ਼ਨ ਜਿਹੜੇ ਚਾਰ ਆਪਰੇਸ਼ਨ ਹੁੰਦੇ ਆ ਸਾਡੇ ਕੋਲ ਮੈਥਮੈਟਿਕਸ ਏ ਪਲੱਸ ਮਾਈਨਸ ਮਲਟੀਪਲਾਈ ਡਿਵਾਈਡ ਠੀਕ ਹੈ ਜਾਂ ਕਹਦੇ ਆਂ ਦੂ ਟਰਮਸ ਵਾਲਾ ਥਰੀ ਟਰਮਸ ਫੋਰ ਅਪ ਟੂ ਸੋਨ ਯਾਨੀ ਕਿ ਵਨ ਔਰ ਵਨ ਤੋਂ ਜ਼ਿਆਦਾ ਟਰਮਸ ਵਾਲੇ ਸਾਰੇ ਦੇ ਸਾਰੇ ਅਲਜੈਬਰਿਕ ਐਕਸਪ੍ਰੈਸ਼ਨ ਉਹਨਾਂ ਨੂੰ ਅਸੀਂ ਕੀ ਕਹਾਂਗੇ ਉਹ ਕੀ ਨੇ ਪੋਲੀਨੋਮੀਅਲਸ ਕਲੀਅਰ ਉਸ ਤੋਂ ਬਾਅਦ ਇੱਕ ਚੀਜ਼ ਹੋਰ ਯਾਦ ਰੱਖਿਓ ਜਿਵੇਂ ਹੋ ਜੇ ਤੁਹਾਡੇ ਕੋਲ 1/x p/q ਫਾਰਮ ਠੀਕ ਹੈ ਯਾਨੀ ਕਿ x ਅਗਰ ਤੁਹਾਡੇ ਕੋਲ ਜਿਹੜਾ ਸਾਡਾ ਵਰੀਏਬਲ ਆ ਉਹ ਡਿਨੋਮੀਨੇਟਰ 'ਚ ਆ ਜਾਏ ਵਰੀਏਬਲ ਵਰੀਏਬਲ ਧਿਆਨ ਰੱਖਿਓ ਫੇਰ ਵਰੀਏਬਲ ਅਗਰ ਤੁਹਾਡੇ ਕੋਲ ਕੀ ਆ ਜਾਏ ਡਿਨੋਮੀਨੇਟਰ ਦੇ ਵਿੱਚ ਆ ਜਾਏ ਤਾਂ ਵੀ ਉਹ ਜਬ ਪੋਲੀਨੋਮੀਅਲ ਨਹੀਂ ਹੁੰਦੀ ਅਗਰ ਵਰੀਏਬਲ ਜਿਹੜਾ ਆ ਵਰੀਏਬਲ ਦਿੱਤਾ ਉਹਦੀ ਪਾਵਰ ਜਿਹੜੀ ਉਹਦਾ ਜਿਹੜਾ ਐਕਸਪੋਨੈਂਟ ਆ ਉਹ ਨੈਗੇਟਿਵ ਆ ਜਾਏ ਤਾਂ ਵੀ ਉਹ ਪੋਲੀਨੋਮੀਅਲ ਨਹੀਂ ਹੁੰਦੀ ਕੰਡੀਸ਼ਨ ਯਾਦ ਰੱਖਿਓ ਕਿ ਅਗਰ ਤੁਹਾਡਾ ਜੋ ਵਰੀਏਬਲ ਹੈ ਕਿਉਂਕਿ ਸਾਨੂੰ ਪਤਾ ਮੇਨ ਰੋਲ ਹੀ ਇਹਦੇ ਵਿੱਚ ਕਿਹਦਾ ਹੈ ਵਰੀਏਬਲ ਦਾ ਕਨਸਟੈਂਟ ਨਾਲ ਤਾਂ ਅਸੀਂ ਡੀਲ ਕਰਦੇ ਨਹੀਂ ਕਨਸਟੈਂਟ ਵਾਲੀਆਂ ਤੇ ਘਾਟ ਹੀ ਪੋਲੀਨੋਮੀਅਲਸ ਆਉਂਦੀਆਂ ਨੇ ਅਸੀਂ ਮੇਨਲੀ ਜਿਹੜਾ ਹੈ ਵਰੀਏਬਲਸ ਵਾਲੀਆਂ ਜਿੰਨੀਆਂ ਵੀ ਪੋਲੀਨੋਮੀਅਲ ਹੈ ਉਹਨਾਂ ਦੇ ਨਾਲ ਡੀਲ ਕਰਨਾ ਠੀਕ ਹੈ ਅਸੀਂ ਦੇਖਾਂਗੇ ਇਹ ਵੀ ਵੈਸੇ ਇਹ ਵੀ ਪੋਲੀਨੋਮੀਅਲ ਹੈ ਕਿਉਂਕਿ 7 ਹੈ ਠੀਕ ਹੈ ਇੱਕ ਸਿੰਪਲ ਟਰਮ ਹੈ ਇਕੱਲੀ ਟਰਮ ਹੈ ਇਕੱਲੀ ਟਰਮ ਵਾਲੀ ਨੂੰ ਅਸੀਂ ਕੀ ਬੋਲਦੇ ਹਾਂ ਮਨੋਮੀਅਲ ਅਲਜੈਬਰਿਕ ਐਕਸਪ੍ਰੈਸ਼ਨ ਹੈ ਮਨੋਮੀਅਲ ਠੀਕ ਹੈ ਅਲਜੈਬਰਿਕ ਐਕਸਪ੍ਰੈਸ਼ਨ ਹੀ ਕੀ ਆ ਜਾਂਦਾ ਪੋਲੀਨੋਮੀਅਲ ਆ ਜਾਂਦਾ ਠੀਕ ਹੈ ਵਨ ਜੋ ਤੁਹਾਡਾ ਵਰੀਏਬਲ ਆ ਉਹ ਡਿਨੋਮੀਨੇਟਰ ਦੇ ਵਿੱਚ ਹੋਊਗਾ ਤਾਂ ਵੀ ਅਸੀਂ ਕਵਾਂਗੇ ਪੋਲੀਨੋਮੀਅਲ ਨਹੀਂ ਹੈਗੀ ਔਰ ਅਗਰ ਅਸੀਂ ਕਵਾਂਗੇ ਉਹ ਵਰੀਏਬਲ ਦੀ ਪਾਵਰ 네ਗੇਟਿਵ ਆ ਐਕਸਪੋਨੈਂਟ ਜਾਂ ਕਹਿ ਦੋ ਉਹਦਾ 네ਗੇਟਿਵ ਹੈ ਤਾਂ ਵੀ ਉਹ ਪੋਲੀਨੋਮੀਅਲ ਕਨਸੀਡਰ ਨਹੀਂ ਹੁੰਦੀ ਇਹ ਉਹਦੀਆਂ ਕੀ ਨੇ ਕੰਡੀਸ਼ਨਸ ਨੇ ਠੀਕ ਹੈ ਨੈਕਸਟ ਪੋਲੀਨੋਮੀਅਲ ਫਿਰ ਅਸੀਂ ਕੀ ਕਵਾਂਗੇ ਕਿ ਇਨ ਜਨਰਲ ਪੋਲੀਨੋਮੀਅਲ ਕੀ ਹੁੰਦੀ ਇਨ ਜਨਰਲ ਐਨ ਐਕਸਪ੍ਰੈਸ਼ਨ ਕੰਟੇਨਿੰਗ ਵਨ ਔਰ ਮੋਰ ਟਰਮ ਵਿਦ ਨੋਨ ਜ਼ੀਰੋ ਕੋਫੀਸ਼ੀਐਂਟਸ ਇਹ ਤੇ ਅਸੀਂ ਕਹਿੰਦਾ ਨਾ ਕਿ ਸਾਰਾ ਦਾ ਸਾਰਾ ਜੋ ਅਸੀਂ ਅਲਜੈਬਰਿਕ ਐਕਸਪ੍ਰੈਸ਼ਨ ਪ ਦਾ ਸਾਰਾ ਵਿਦ 1 অর ਮੋਰ ਟਰਮ ਚਾਹੇ ਉਹ ਮੋਨੋਮੀਅਲ ਆ ਬਾਈਨੋਮੀਅਲ ਆ ਟਰਾਈਨੋਮੀਅਲ ਆ ਨੈਕਸਟ ਸੋਨ ਸਾਰੀਆਂ ਟਰਮਸ ਦੇ ਲਈ ਉਹਨੂੰ ਅਸੀਂ ਕੀ ਕਹਾਂਗੇ ਉਹ ਸਾਰੀਆਂ ਦੀਆਂ ਸਾਰੀਆਂ ਕੀ ਨੇ ਪੋਲੀਨੋਮੀਅਲਸ ਹੀ ਨੇ ਬਟ ਐਕਚੁਅਲ ਜੋ ਪੋਲੀਨੋਮੀਅਲ ਨੂੰ ਅਸੀਂ ਕੀ ਲੈ ਕੇ ਚੱਲਾਂਗੇ ਇੱਕ ਐਕਸਪ੍ਰੈਸ਼ਨ ਹੀ ਆ ਐਕਸਪ੍ਰੈਸ਼ਨ ਕਿਹੜਾ ਆ ਅਲਜੈਬਰਿਕ ਐਕਸਪ੍ਰੈਸ਼ਨ ਕੰਟੇਨਿੰਗ 1 অর ਮੋਰ ਟਰਮ ਵਿਦ ਨੋਨ ਜ਼ੀਰੋ ਕੋਫੀਸ਼ੀਐਂਟ ਇਹਨਾਂ ਦੇ ਜਿਹੜੇ ਕੋਫੀਸ਼ੀਐਂਟ ਆ ਨੋਨ ਜ਼ੀਰੋ ਹੋਣੇ ਚਾਹੀਦੇ ਯਾਨੀ ਕਿ ਐਵੇਂ ਨਹੀਂ ਹੋ ਸਕਦਾ x ਮਲਟੀਪਲਾਈ 0 ਹੋ ਜਾਏ ਤੁਹਾਡੇ ਕੋਲ ਕਿਉਂਕਿ ਉਹ ਟਰਮ ਹੀ ਕੀ ਹੋ वाले ਨੂੰ ਸੀ ਜ਼ੀਰੋ ਪੋਲੀਨੋਮੀਅਲ ਕਹਿੰਿਆ ਅਗਰ ਕੱਲੀ ਜ਼ੀਰੋ ਦਿੱਤੀ ਹੋਏ ਐਵੇਂ ਦੇ ਤੋਏ ਨੂੰ ਜ਼ੀਰੋ ਪੋਲੀਨੋਮੀਅਲ ਕਹਿੰਦੇ ਆ ਬਟ ਅਸੀਂ ਕਹਿੰਦੇ ਆ ਕਿ ਅਸੀਂ ਕਵਾਂਗੇ ਕਿੰਨੂ ਪੋਲੀਨੋਮੀਅਲ ਕਿ ਉਹ ਸਾਰੇ ਐਕਸਪ੍ਰੈਸ਼ਨ ਜਿਹਦੇ ਕੋ 1 ਔਰ 1 ਤੋਂ ਜ਼ਿਆਦਾ ਟਰਮਸ ਹੋਣ ਜਿਵੇਂ x x+7 x2+2x+5 ਠੀਕ ਹੈ ਐਵੇਂ ਹੀ ਅਸੀਂ ਗਾਹਾਂ ਗਾਹ ਕਰੀ ਜਾਵਾਂਗੇ ਮੋਰ 1 2 1 অর ਮੋਰ টারਮਸ ਵਿਦ ਨੋਨ ਜ਼ੀਰੋ ਕੋਫੀਸ਼ੀਐਂਟ ਯਾਨੀ ਕਿ ਉਹਨਾਂ ਦੇ ਕੋਫੀਸ਼ੀਐਂਟ ਜਿਹੜੇ ਨੋਨ ਜ਼ੀਰੋ ਹੋਣੇ ਚਾਹੀਦੇ ਆ ਨੋਨ ਜ਼ੀਰੋ ਮੀਨਸ ਜ਼ੀਰੋ ਨਹੀਂ ਹੋਣੇ ਚਾਹੀਦੇ ਵਿਦ ਵੇਰੀਏਬਲਸ ਹੈਵਿੰਗ ਐਕਸਪੋਨੈਂਟ ਐਜ਼ ਅ ਹੋਲ ਨੰਬਰ ਫਿਰ ਉਹ ਕੰਡੀਸ਼ਨ ਵੀ ਦੱਸ ਦਿੱਤੀ ਕਿ ਜਿਹੜੇ ਉਹਦੇ ਵੇਰੀਏਬਲਸ ਆ ਯਾਨੀ ਕਿ x y z ਉਹਨਾਂ ਦੀ ਜਿਹੜੀ ਪਾਵਰ ਆ ਜਾਂ ਕਹਿ ਦਈਏ ਐਕਸਪੋਨੈਂਟ ਉਹ ਹਮੇਸ਼ਾ ਹੋਲ ਨੰਬਰ ਹੋਣੀ ਚਾਹੀਦੀ ਹੈ ਹੋਲ ਨੰਬਰ ਮਤਲਬ ਜਾਂ ਜ਼ੀਰੋ ਹੋ ਸਕਦੀ ਆ 1 2 3 4 ਔਰ ਅਪ ਟੂ ਸੋ ਨੈਗੇਟਿਵ ਕਦੇ ਵੀ ਨਹੀਂ ਹੋਏਗੀ ਇੱਕ ਵਾਰੀ ਫੇਰ ਮੈਂ ਇੱਥੇ ਕਲੀਅਰ ਕਰ ਦਾਂ ਤੁਹਾਨੂੰ ਇਹ ਚੀਜ਼ ਪੋਲੀਨੋਮੀਅਲ ਪੋਲੀਨੋਮੀਅਲ ਅਸੀਂ ਕੀ ਕਹਾਂ ਇੱਕ ਐਕਸਪ੍ਰੈਸ਼ਨ ਹੈ ਕੰਟੇਨਿੰਗ 1 অর ਮੋਰ টারਮਸ ਕੰਡੀਸ਼ਨ ਇਹਦੀ ਇਹੀ ਆ ਕਿ ਇਹਦੇ ਵਿੱਚ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ টারਮਸ ਨੇ ਜਿਵੇਂ x ਹੀ ਆ x ਦਾ ਜਿਹੜਾ ਕੋਫੀਸ਼ੀਐਂਟ ਆ ਉਹ ਨੋਨ ਜ਼ੀਰੋ ਹੋਣਾ ਚਾਹੀਦਾ ਨੋਨ ਜ਼ੀਰੋ ਮਤਲਬ ਜ਼ੀਰੋ ਨਾ ਹੋਏ ਉਹਨੂੰ ਕਹਿੰਦੇ ਨੇ ਅਸੀਂ ਨੋਨ ਜ਼ੀਰੋ ਵਿਦ ਵਰੀਏਬਲਸ ਜਿਹੜੇ ਵਰੀਏਬਲ ਇਹਦੇ ਵਿੱਚ ਕੀ ਆ x ਤੇ x ਦੀ ਜਿਹੜੀ ਪਾਵਰ ਆ n ਜਿਵੇਂ ਮੈਂ n ਪਾਵਰ ਲਾਂ ਉਹ n ਦੀ ਵੈਲਿਊ ਜਾਂ ਤੇ ਜ਼ੀਰੋ ਹੋ ਸਕਦੀ ਆ ਜ਼ੀਰੋ ਹੋਏਗੀ ਤੇ ਕਿਸੇ ਦੀ ਵੀ ਪਾਵਰ ਜ਼ੀਰੋ ਕੀ ਹੁੰਦੀ ਆ 1 ਤੇ 1 ਵੀ ਕੀ ਹੁੰਦੀ ਆ ਸਾਡੇ ਕੋਲ ਇੱਕ ਕਨਸਟੈਂਟ ਪੋਲੀਨੋਮੀਅਲ ਠੀਕ ਹੈ 1 ਹੈ ਨਾ ਤੇ 1 ਕੀ ਹੋ ਜੇਗੀ ਇੱਕ ਕਨਸਟੈਂਟ ਪੋਲੀਨੋਮੀਅਲ ਹੈਗੀ ਤੇ ਪੋਲੀਨੋਮੀਅਲ ਨਾ 1 ਵੀ ਇੱਕ ਅਲਜੈਬਰਿਕ ਐਕਸਪ੍ਰੈਸ਼ਨ ਹੈ ਕਿਉਂਕਿ ਇਹਦੇ ਵਿੱਚ ਇਕੱਲਾ ਕੀ ਹੈ ਕਨਸਟੈਂਟ ਹੈ ਇਕੱਲੀ ਇੱਕ ਟਰਮ ਹੈ ਇੱਕ ਟਰਮ ਵਾਲੇ ਨੂੰ ਵੀ ਅਸੀਂ ਅਲਜੈਬਰਿਕ ਐਕਸਪ੍ਰੈਸ਼ਨ ਕਹਿੰਦੇ ਆ ਤੇ ਅਲਜੈਬਰਿਕ ਐਕਸਪ੍ਰੈਸ਼ਨ ਹੀ ਕੀ ਹੁੰਦਾ ਉਹ ਪੋਲੀਨੋਮੀਅਲ ਹੁੰਦਾ ਠੀਕ ਹੈ ਯਾਨੀ ਕਿ x ਜੋ ਅਸੀਂ ਲਿਆ ਆ ਵਰੀਏਬਲ ਜਿਹੜਾ ਲੈਣਾ ਉਹਦੀ ਪਾਵਰ ਜਾਂ ਤੇ 0 ਹੋ ਸਕਦੀ ਆ 1 ਹੋ ਜੇਗੀ 1 ਆ ਜਾਏਗਾ 2 ਹੋ ਜੇਗੀ 2 ਆ ਜਾਏਗਾ ਅਪ ਟੂ ਸੋਨ ਯਾਨੀ ਕਿ ਜਿਹੜੇ ਇਹਦੇ ਐਕਸਪੋਨੈਂਟ ਹੈ ਜਿਹੜੀਆਂ ਦੀਆਂ ਪਾਵਰਸ ਲੈਣੀਆਂ ਜੋ ਵੀ ਤੁਸੀਂ ਦੀਆਂ ਨੈਗੇਟਿਵ ਨਹੀਂ ਹੋਣੀਆਂ ਚਾਹੀਦੀਆਂ ਔਰ ਡਿਨੋਮੀਨੇਟਰ ਚ ਨਹੀਂ ਹੋਣੀਆਂ ਚਾਹੀਦੀਆਂ ਡਿਨੋਮੀਨੇਟਰ ਵਿੱਚ ਹੋਣ ਦਾ ਮਤਲਬ ਹੀ ਕੀ ਹੈ 1/x x ਮਤਲਬ x ਦੀ ਪਾਵਰ ਕਿੰਨੀ ਹੈ 1 ਜਿਵੇਂ ਇਹ ਉੱਪਰ ਉੱਪਰ ਜਾਏਗੀ ਟਰਮ ਨਿਊਮੀਨੇਟਰ ਦੇ ਵਿੱਚ ਉੱਪਰ ਜਾ ਕੇ ਕੀ ਹੋ ਜਾਏਗੀ ਮਾਈਨਸ ਦੀ ਯਾਨੀ ਕਿ ਜਿਹੜੀ ਇਹ ਰੀ ਐਕਸਪੋਨੈਂਟ ਆ ਜਿਹੜਾ ਐਕਸਪੋਨੈਂਟ ਆ ਪੋਲੀਨੋਮੀਅਲ ਦਾ ਉਹ ਕੀ ਹੋ ਗਿਆ ਨੈਗੇਟਿਵ ਹੋ ਗਿਆ ਤੇ ਨੈਗੇਟਿਵ ਪੋਲੀਨੋਮੀਅਲ ਦੇ ਵਿੱਚ ਕਦੇ ਵੀ ਨਹੀਂ ਆਂਦਾ ਕੋਣ ਐਕਸਪੋਨੈਂਟ ਆਫ ਵਰੀਏਬਲਸ ਆਈ ਹੋਪ ਤਾਨੂੰ ਕਲੀਅਰ ਹੋ ਗਿਆ ਹੋਊਗਾ ਜਰਨਲ ਫਾਰਮ ਵਰਗਰੇਸੀ ਇਹਦੀ ਲਿਖਣੀ ਹੋਏਗੀ ਤਾਂ ਉਹ ਐਵੇਂ ਦੀ ਹੁੰਦੀ ਆ ਏ ਸਟਾਰਟਿੰਗ ਤੋਂ ਅਗਰ ਤੁਸੀਂ ਲਿਖੋਗੇ ਤਾਂ ਐਦਾਂ ਹੁੰਦੀ ਏ ਨੋਟ ਐਕਸ ਦੀ ਪਾਵਰ 0 ਠੀਕ ਹੈ ਏ 1 ਐਕਸ ਦੀ ਪਾਵਰ 1 ਜਾਂ ਦੀ ਕਲੀ ਟਰਮ ਵਾਲਾ ਅਗਰ ਇੱਕ ਟਰਮ ਹੋਏ ਏ ਨੋਟ ਐਕਸ ਦੀ ਪਾਵਰ ਨੋਟ ਯਾਨੀ ਕਿ ਕੱਲਾ ਕਨਸਟੈਂਟ ਆ ਗਿਆ ਇਹ ਕਨਸਟੈਂਟ ਹੈ ਜਿਵੇਂ ਮੈਂ ਇੱਥੇ ਲਿਖਿਆ ਸੀਗਾ ਐਕਸ ਦੀ ਪਾਵਰ 0 ਠੀਕ ਹੈ ਇੰਟੂ 1 एवें कुछ लिख लो ए नॉट कुछ भी कॉन्सटेंट हो सकता है यानी कि वन ही आ गया उस तरह ए वन एक्स पावर वन ए टू एक्स पावर टू ए सारे की ने, ए वन ए टू ए थ्री अपू सो ने सारे तो सारे कॉन्सटेंट ने यह रीयल नंबर हो सकते हैं यानी कि यह नैगेटिव भी हो हैं पॉजिटिव भी हो सकते, सकते ठीक है बट नॉन जीरो होीरो नहीं लैना एन ठीक है एन की है पॉजिटिव इंटीजर होगा एन हमेशा पॉजिटिव इंटीजर ही लैंना सी ये मैं तुम्हें पहला भी दसता होल नंबर होगा वो एन ज होल नंबर होगा ठीक है क्योंकि इतने भी एन जोजीटिव इंटीजर तर ਇੱਕੇਕਰ ਪੋਜ਼ਿਟਿਵ ਵੈਲਿਊ ਲਾਹਾਂਗੇ ਤਾਂ ਹੀ ਉਹਦਾ ਜਿਹੜਾ ਆਨਸਰ ਆ ਸਾਡੇ ਕੋਲ ਪੋਜ਼ਿਟਿਵ ਆਏਗਾ ਪਾਵਰ ਦਾ ਠੀਕ ਹੈ ਏ ਯਾਨੀ ਕਿ ਇਹ ਫਾਰਮ ਹੋ ਜਾਏਗੀ a^x ਦੀ ਪਾਵਰ a^ x ਦੀ ਪਾਵਰ 0 a1 x ਦੀ ਪਾਵਰ 1 a2 x ਦੀ ਪਾਵਰ 2 a3 x ਦੀ ਪਾਵਰ 3 ਅਪ ਟੂ ਸੋ ਔਨ ਅਪ ਟੂ n ਤੱਕ th an x ਦੀ ਪਾਵਰ n ਤੱਕ ਠੀਕ ਹੈ ਯਾਨੀ ਕਿ ਇਹਦੇ ਵਿੱਚ ਜਿਹੜੇ a0 a1 a2 a3 ਇਹ ਸਾਰੇ ਦੇ ਸਾਰੇ ਕੀ ਹੋਣਗੇ ਦੇ ਰੀਅਲ ਨੰਬਰ ਜਿਹਨੂੰ ਕਹਦੇ ਨਹੀਂ ਕਨਸਟੈਂਟ ਜਿਹੜੇ ਅਸੀਂ ਲੈ ਰਹੇ ਸੀ ਇਹ ਰੀਅਲ ਨੰਬਰ ਹੋ ਸਕਦੇ ਆ ਯਾਨੀ ਕਿ 네ਗੇਟਿਵ ਵੀ ਹੋ ਸਕਦੇ ਆ ਪੋਜ਼ਿਟਿਵ ਵੀ ਹੋ ਸਕਦੇ ਆ n ਕੀ ਹੋਊਗਾ ਪੋਜ਼ਿਟਿਵ ਇੰਟੀਜਰ ਹੀ ਹੋਊਗਾ ਕਹਿੰਦੇ ਇਫ ਦੀ ਕੋਫੀਸ਼ੀਐਂਟ ਜਿਹੜਾ ਕੋਫੀਸ਼ੀਐਂਟ ਆ ਪੋਲੀਨੋਮੀਅਲ ਦਾ ਆਰ 올 ਆਰ ਇੰਟੀਜਰ ਅਗਰ ਇਹ ਸਾਰੇ ਕੋਫੀਸ਼ੀਐਂਟ ਜਿਦਾਂ ਕਹਦੀਏ a0 a ਤਰੀ ਸਾਰੇ ਸਾਰੇ ਕੀ ਨੇ ਇੰਟੀਜਰਸ ਨੇ ਇੰਟੀਜਰ ਮਤਲਬ 0 1 2 3 -1 -2 -3 0 ਬਟ ਅਸੀਂ ਕਿਹਦੇ ਵਿੱਚ ਅਸੀਂ 0 ਕਨਸਿਡਰ ਨਹੀਂ ਕਰਨਾ ਕਿਉਂਕਿ 0 ਹੈਗੀ ਤੇ ਉਹ 0 ਪੋਲੀਨੋਮੀਅਲ ਬਣ ਜਾਏਗੀ ਬਟ ਲੈ ਸਕਦੇ ਹਾਂ ਅਸੀਂ 0 ਕਿਉਂਕਿ 0 ਕੱਲੀ ਟਰਮ ਆ ਤਾਂ ਉਹਨੂੰ ਅਸੀਂ 0 ਪੋਲੀਨੋਮੀਅਲ ਕਹਿ ਦਨੇ ਆ ਅਗਰ ਕਨਸਟੈਂਟ ਹੈ 1 ਜਿਵੇਂ ਕਿ ਆ ਸੀਗਾ x ਦੀ ਪਾਵਰ 0 ਆ ਉਹ ਤੁਹਾਡੇ ਕੋਲ ਕੀ ਹੁੰਦਾ 1 ਇਹਨੂੰ ਅਸੀਂ ਕਨਸਟੈਂਟ ਪੋਲੀਨੋਮੀਅਲ ਕਹਿ ਦਨੇ ਆ ਠੀਕ ਹੈ ਨੈਕਸਟ ਦੇਖੋ ਕਿ ਅਗਰ ਕੋਫੀਸ਼ੀਐਂਟ ਜਿਹੜੇ ਉਹਦੇ ਸਾਰੇ ਦੇ ਸਾਰੇ ਉਹ ਕੀ ਨੇ ਇੰਟੀਜਰਸ ਨੇ ਤੇ ਉਹ ਪੋਲੀਨੋਮੀਅਲ ਨੂੰ ਅਸੀਂ ਕੀ ਕਵਾਂਗੇ ਪੋਲੀਨੋਮੀਅਲ ਓਵਰ ਇੰਟੀਜਰ ਆ ਠੀਕ ਹੈ ਪੋਲੀਨੋਮੀਅਲ ਓਵਰ ਕੀ ਹੈ ਇੰਟੀਜਰ ਆ ਇਫ ਦੀ ਕੋਫੀਸ਼ੀਐਂਟ ਆਫ ਪੋਲੀਨੋਮੀਅਲ ਆ ਰੈਸ਼ੀਨਲ ਨੰਬਰ ਯਾਨੀ ਕਿ ਅਗਰ ਉਹਦੇ ਕੋਫੀਸ਼ੀਐਂਟ ਐਵੇਂ ਹੋਏ 1/2 x2 1 ਅਸੀਂ ਕਵਾਂਗੇ ਕਿ ਇਹ ਕੀ ਹੈ ਹੈ ਤੇ ਕੀ ਆ ਪੋਲੀਨੋਮੀਅਲ ਆ ਬਟ ਇਹ ਕੀ ਹੈ ਰੈਸ਼ੀਨਲ ਨੰਬਰ ਦੇ ਉੱਪਰ ਆ ਠੀਕ ਹੈ ਤਾਂ ਅਗਰ ਜ਼ੀਰੋ ਹੋਏਗੀ ਤੇ ਉਹਨੂੰ ਜ਼ੀਰੋ ਪੋਲੀਨੋਮੀਅਲ ਕਹਿ ਦਨੇ ਆ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਹੈ ਤੇ ਅਗਰ ਕਨਸਟੈਂਟ ਹੋਏਗੀ ਤੇ ਕਨਸਟੈਂਟ ਹੋਏਗੀ ਕਨਸਟੈਂਟ ਵੈਲਿਊ ਕੁਛ ਵੀ ਹੋਏਗੀ 1 ਹੋਗੀ 2 ਹੋਗੀ 3 ਹੋਗੀ ਉਹਨੂੰ ਅਸੀਂ ਕੀ ਕਹਿੰਦੇ ਨੇ ਹੈ ਕਨਸਟੈਂਟ ਪੋਲੀਨੋਮੀਅਲ ਆਈ ਹੋਪ ਦਨ ਵੀ ਫੇਰ ਕਲੀਅਰ ਹੋ ਗਿਆ ਹੋਊਗਾ ਪੂਰਾ ਦਾ ਪੂਰਾ ਜੋ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਨੈਕਸਟ ਹੈ ਪੋਲੀਨੋਮੀਅਲਸ ਤੇ ਅਹੀਂ ਪੜ ਲਿਆ ਠੀਕ ਹੈ ਪੋਲੀਨੋਮੀਲ ਇੱਕ ਤਰ੍ਹਾਂ ਦਾ ਕੀ ਹੁੰਦਾ ਅਲਜੈਬਰਿਕ ਐਕਸਪ੍ਰੈਸ਼ਨ ਹੁੰਦਾ ਠੀਕ ਹੈ ਜਿਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਟਰਮਸ ਜਿਹੜੀਆਂ ਅਸੀਂ ਕੀ ਲੈਣੀਆਂ ਵਨ ਜਾਂ ਮਨ ਤੋਂ ਜ਼ਿਆਦਾ ਟਰਮਸ ਲੈਣੀਆਂ ਠੀਕ ਹੈ ਹੋ ਸਕਦੀਆਂ ਵਨ ਵੀ ਹੋ ਸਕਦੀ ਹੈ ਟੂ ਵੀ ਹੋ ਸਕਦੀ ਥਰੀ ਵੀ ਅਪ ਟੂ ਸੋ ਔਨ ਐਨਥ ਟਰਮ ਤੱਕ ਠੀਕ ਹੈ ਤੇ ਸਾਰੇ ਦੇ ਸਾਰੇ ਜਿਹੜੇ ਉਹਦੇ ਕੋਫੀਸ਼ੀਐਂਟ ਹੋ ਨੋਨ ਜ਼ੀਰੋ ਹੋਣਗੇ ਠੀਕ ਹੈ ਨੈਕਸਟ ਵਿਦ ਵਨ ਵਰੀਏਬਲ ਹੈਵਿੰਗ ਔਰ ਉਹਦੇ ਐਕਸਪੋਨੈਂਟ ਉਹਨਾਂ ਦਾ ਜੋ ਵੈਰੀਏਬਲ ਆ ਉਹਨਾਂ ਦਾ ਜੋ ਐਕਸਪੋਨੈਂਟ ਹੈ ਉਹ ਹਾਲ ਨੰਬਰ ਹੋਊਗਾ ਯਾਨੀ ਕਿ ਪੋਜ਼ਿਟਿਵ ਹੋਊਗਾ ਠੀਕ ਹੈ ਦੋ ਹੀ ਕੰਡੀਸ਼ਨਾਂ ਨੇ ਇਹਦੀਆਂ ਨੈਕਸਟ ਹੈ ਡਿਗਰੀ ਆਫ ਪੋਲੀਨੋਮੀਅਲ ਡਿਗਰੀ ਆਫ ਪੋਲੀਨੋਮੀਅਲ ਇੱਕ ਚੀਜ਼ ਯਾਦ ਰੱਖਿਓ ਅਗਰ ਮੈਂ ਇੱਥੇ ਕਹਾਂ ਨਾ ਤੁਹਾਨੂੰ ਨੋਨ ਜ਼ੀਰੋ ਕੋਫੀਸ਼ੀਐਂਟ ਮਨ ਜ਼ੀਰੋ ਕੋਫੀਸ਼ੀਐਂਟ ਤੇ ਸਾਰਿਆਂ ਦੀਆਂ ਸਾਰੀਆਂ ਪੋਲੀਨੋਮੀਅਲਸ ਹੋ ਜਾਂਦੀਆਂ ਬਟ ਅਗਰ ਜ਼ੀਰੋ ਕੋਫੀਸ਼ੀਐਂਟ ਆ ਜਾਏ ਤੋ ਉਹਨੂੰ ਅਸੀਂ ਕਹਿ ਦਨੇ ਆ ਜ਼ੀਰੋ ਪੋਲੀਨੋਮੀਅਲ ਔਰ ਅਗਰ ਕਨਸਟੈਂਟ ਸਾਡੇ ਕੋਲ ਜਿਹੜੀ ਹੈ ਵੈਲਿਊ ਆ ਜਾਏ ਉਹਨੂੰ ਕਹਿ ਦਨੇ ਆ ਕਨਸਟੈਂਟ ਪੋਲੀਨੋਮੀਅਲ ਇਹ ਨਹੀਂ ਆ ਕਿ ਅਸੀਂ ਜ਼ੀਰੋ ਨਹੀਂ ਲੈ ਸਕਦੇ ਠੀਕ ਹੈ ਕਿਉਂਕਿ ਜ਼ੀਰੋ ਲੈ ਲਾਂਗੇ ਤੇ ਸਾਰਾ ਜ਼ੀਰੋ ਬਣ ਜਾਏਗਾ ਜਿਵੇਂ ਐਵੇਂ ਲੈ ਰਹੇ ਆਂ 0x ਦੀ ਪਾਵਰ 2 0x 0 ਤੇ ਇਹ ਸਾਰਾ ਕੀ ਬਣ ਗਿਆ ਜ਼ੀਰੋ ਇਹਦਾ ਮਤਲਬ ਇਹ ਕੀ ਹੈ ਜ਼ੀਰੋ ਪੋਲੀਨੋਮੀਅਲ ਠੀਕ ਹੈ ਕਿਉਂਕਿ ਜ਼ੀਰੋ ਨਾਲ ਮਲਟੀਪਲਾਈ ਕਰੋ ਸਾਰੀ ਕੀ ਬਨ ਜਾਏਗੀ ਜ਼ੀਰੋ ਇਹੀ ਚੀਜ਼ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਦਾ ਕਨਸਟੈਂਟ ਜਿਹੜਾ ਕਨਸਟੈਂਟ ਵੈਲਿਊ ਆ ਉਹ ਨੋਨ ਜ਼ੀਰੋ ਹੋਣੀ ਚਾਹੀਦੀ ਜਿਹੜਾ ਕਨਸਟੈਂਟ ਕੋਫੀਸ਼ੀਐਂਟ ਹੈ ਕਨਸਟੈਂਟਲੀ ਕਨਸਟੈਂਟ ਕੋਫੀਸ਼ੀਐਂਟ ਕਿਉਂਕਿ ਇਹ ਕਨਸਟੈਂਟ ਹੈ ਇਹ ਸਾਰੇ ਕਨਸਟੈਂਟ ਕੋਫੀਸ਼ੀਐਂਟਸ ਨੇ ਚਾਹੇ x² ਦਾ ਹੋਵੇ ਚਾਹੇ x ਦਾ ਹੋਵੇ ਠੀਕ ਹੈ ਨੈਕਸਟ ਹੈ ਡਿਗਰੀ ਆਫ ਪੋਲੀਨੋਮੀਅਲ ਹੁਣ ਕੋਈ ਪੋਲੀਨੋਮੀਅਲ ਦਿੱਤੀ ਆ ਉਤੋਂ ਅਸੀਂ ਕਿਵੇਂ ਦੱਸ ਸਕਦੇ ਹਾਂ ਕਿ ਉਹ ਪੋਲੀਨੋਮੀਅਲ ਦੀ ਡਿਗਰੀ ਕਿੰਨੀ ਆ ਹਾਈਐਸਟ ਪਾਵ ਠੀਕ ਹੈ ਉਹ ਪੋਲੀਨੋਮੀਅਲ ਦਾ ਜਿਹੜਾ ਵਰੀਏਬਲ ਹੋਊਗਾ ਉਹਦੀ ਜਿਹੜੀ ਹਾਈएस्ट ਪਾਵਰ ਹੋਏਗੀ ਇਨ ਪੀ ਐਕਸ ਪੀ ਐਕਸ ਮਤਲਬ ਪੋਲੀਨੋਮੀਅਲ ਜਿਹੜੀ ਵੀ ਤੁਹਾਨੂੰ ਪੋਲੀਨੋਮੀਅਲ ਦਿੱਤੀ ਆ ਉਹਦੇ ਵਿੱਚ ਜਿਹੜਾ ਉਹਦਾ ਵਰੀਏਬਲ ਆ ਉਹਦੀ ਪਾਵਰ ਚੈੱਕ ਕਰੋ ਜਿੰਨੀ ਉਹਦੀ ਪਾਵਰ ਹੋਏਗੀ ਉੰਨੀ ਉਸ ਡਿਗਰੀ ਪੋਲੀਨੋਮੀਅਲ ਦੀ ਕੀ ਹੋਏਗੀ ਡਿਗਰੀ ਹੋਏਗੀ ਫਾਰ ਐਗਜ਼ਾਮਪਲ ਇਹ ਮੈਂ ਪੋਲੀਨੋਮੀਅਲ ਦਿੱਤੀ ਆ ਪੋਲੀਨੋਮੀਅਲ ਹੀ ਆ ਨਾ ਕਿਉਂਕਿ ਇਹਦੇ ਵਿੱਚ ਜਿਹੜੇ ਵਰੀਏਬਲ ਤੇ ਵਰੀਏਬਲ ਤੇ ਕਨਸਟੈਂਟ ਸਿਰਿਆ ਮਲਟੀਪਲਾਈ ਪਲੱਸ ਡਿਵਾਈਡਡ ਇਦਾਂ ਹੋ ਕੇ ਆ ਰਹੇ ਨੇ ਤੇ ਇਹਦੇ ਵਿੱਚ টারਮਸ ਕਿੰਨੀਆਂ ਨੇ 1 2 3 4 টারਮਸ ਵਾਲਾ ਹੈ ਠੀਕ ਹੈ ਅਲਜੈਬਰਿਕ ਐਕਸਪ੍ਰੈਸ਼ਨ ਹੈ ਪੋਲੀਨੋਮੀਅਲ ਹੈ ਇਹਦੀ ਡਿਗਰੀ ਕੀ ਹੈ ਵਰੀਏਬਲ ਦੇ ਕੋਈ ਇਹਦੇ ਵਿੱਚ ਕੌਣ ਹੈ ਐਕਸ ਵਰੀਏਬਲ ਕੌਣ ਹੈ ਐਕਸ ਔਰ ਐਕਸ ਦੀ ਹਾਈਐਸਟ ਪਾਵਰ ਕਿੰਨੀ ਆ 5 ਹੀ ਆ ਇਹਦਾ ਮਤਲਬ ਇਹਦੀ ਡਿਗਰੀ ਕਿੰਨੀ ਹੋਏਗੀ 5 ਹੋਏਗੀ ਨੈਕਸਟ ਦੇਖ ਲੋ ਦੇ ਅਗਰ ਤੁਹਾਨੂੰ ਮਿਕਸ ਦੇ ਦਿੱਤੋਂ ਸਾਨੂੰ ਜਿਹੜਾ ਵਰੀਏਬਲ ਇੱਕ ਨਾ ਦਿੱਤਾ ਹੈ ਵਰੀਏਬਲ ਕਿੰਨੇ ਦਿੱਤੇ ਆ ਐਕਸ ਵਾਈ ਜ਼ੈਡ ਤਿੰਨ ਵਰੀਏਬਲ ਆ ਐਕਸ ਵਾਈ ਜ਼ੈਡ ਇਹਦੀ ਡਿਗਰੀ ਐਵੇਂ ਕਿਵੇਂ ਫਾਈਂਡ ਕਰਨੀ ਆ ਅਗਰ ਇੱਥੇ ਇਕੱਲਾ ਦਿੱਤਾ ਆ ਯਾਨੀ ਕਿ ਐਕਸ ਵਾਲਾ ਹੀ ਚੱਲ ਰਿਹਾ ਐਕਸ ਇਹ ਵੀ ਯਾਦ ਰੱਖਿਓ ਕਿ ਇੱਕੋ ਹੀ ਹੁੰਦਾ ਅਗਰ ਇੱਧਰ ਐਕਸ ਹੈ ਤੇ ਸਾਰੀ ਟਰਮਸ ਦੇ ਵਿੱਚ ਕੀ ਹੋਏਗਾ ਐਕਸ ਹੀ ਹੋਏਗਾ ਵਾਈ ਆ ਤੇ ਸਾਰੀ ਟਰਮਸ ਦੇ ਵਿੱਚ ਵਾਈ ਹੋਏਗਾ ਅਗਰ ਇੱਥੇ ਚੱਲ ਰਿਹਾ ਐਕਸ ਵਾਈ ਜ਼ੈਡ ਐਕਸ ਵਾਈ ਜ਼ੈਡ ਐਕਸ ਵਾਈ ਜ਼ੈਡ ਐਵੇਂ ਮਤਲਬ ਐਵੇਂ ਹੀ ਆਏਗੀ ਸਾਰੀ ਦੀ ਸਾਰੀ ਚਾਹੀ ਅਸੀਂ ਮਤਲਬ ਉਹਦੀ ਪ੍ਰੋਪ ਦੱਸ ਸਕਦੇ ਆ ਠੀਕ ਹੈ ਕਿਉਂਕਿ ਇਹ ਕੀ ਇਹ ਜਿਹੜਾ ਪੋਲੀਨੋਮੀਅਲ ਆ ਉਹਦੇ ਲਈ ਅਸੀਂ ਕੀ ਕਰਦੇ ਆ ਕਿ ਜਿਹੜੇ ਕਨਸਟੈਂਟ ਆ ਅਗਰ 1 ਕਨਸਟੈਂਟ ਵਰੀਏਬਲ ਸੋਰੀ ਪੋਲੀਨੋਮੀਅਲ ਆ ਜਿਹੜੀ ਉਹਦੇ ਲਈ ਜਿਹੜਾ ਵਰੀਏਬਲ ਆ ਸਾਡੇ ਕੋਲ ਚੱਲ ਰਿਹਾ x ਚੱਲ ਰਿਹਾ ਠੀਕ ਹੈ ਐਕਸ ਦੇ ਵਿੱਚ ਅਸੀਂ ਕਹਾਂਗੇ ਕਿ ਐਕਸ ਦੀ ਪੋਲੀਨੋਮੀਅਲ ਹੈ ਠੀਕ ਹੈ ਉਸੇ ਤਰ੍ਹਾਂ ਅਗਰ ਵਾਈ ਹੋਏਗਾ ਤੇ ਅਸੀਂ ਕਹਾਂਗੇ ਕਿ ਪੋਲੀਨੋਮੀਅਲ ਹੈ ਲੈਕਸ ਅਸੀਂ ਪੜ੍ਹਨੀਆਂ ਦੀਆਂ ਟਾਈਪਸ ਲੀਨੀਅਰ ਹੁੰਦੀ ਹੈ ਕੁਆਡਰੈਟਿਕ ਹੁੰਦੀ ਹੈ ਅਸੀਂ ਕਹਾਂਗੇ ਵਰੀਏਬਲ ਇਹਦੇ ਵਿੱਚ ਕਿਹੜੇ ਆ ਐਕਸ ਵਰੀਏਬਲੀ ਹੈ ਵਾਈ ਵਰੀਏਬਲੀ ਹੈ ਠੀਕ ਹੈ ਇਹ ਤੇ ਸਿੰਪਲੀ ਤੁਹਾਨੂੰ ਡਿਗਰੀ ਛੋਟੀਆਂ ਕਲਾਸਸ ਦੇ ਵਿੱਚ ਅਸੀਂ ਕਰਦੇ ਹੁੰਦੇ ਕਿ ਡਿਗਰੀ ਕਿਵੇਂ ਫਾਈਂਡ ਕਰਦੇ ਆ ਅਲਜੈਬਰਿਕ ਐਕਸਪ੍ਰੈਸ਼ਨ ਦੀ ਠੀਕ ਹੈ ਜਿੰਨੂੰ ਅਸੀਂ ਅੱਗੇ ਕਹਤਾ ਕਿ ਉਹ ਪੋਲੀਨੋਮੀਅਲ ਹੀ ਹੁੰਦੀ ਹੈ ਹੁਣ ਇਹਦੇ ਵਿੱਚ ਆ ਗਿਆ ਐਕਸ ਵਾਈ ਜੈਡ ਵਰੀਏਬਲ ਠ ਵਰੀਏਬਲ ਜਿੰਨੇ ਵੀ ਵਰੀਏਬਲ ਆ ਉਹਨਾਂ ਦੇ ਸਾਰੇ ਦੇ ਸਾਰੇ ਐਕਸਪੋਨੈਂਟ ਨੂੰ ਐਡ ਕਰ ਲਓ ਠੀਕ ਹੈ ਇਹਦੇ ਵਿੱਚ ਐਡ ਕੀਤਾ 5 4 9 10 11 ਯਾਨੀ ਕਿ ਇਹਦੀ ਜਿਹੜੀ ਡਿਗਰੀ ਹੈ ਕਿੰਨੀ ਆ ਗਈ 11 ਕਿਉਂਕਿ ਬਾਕੀ ਸਾਰੇ ਛੋਟੇ ਆ 5 6 ਇਹਦੇ ਵਿੱਚ 6 ਆ ਇਹਦੇ ਚ ਕਿ ਨਾ 7 ਯਾਨੀ ਕਿ ਸਭ ਤੋਂ ਵੱਡੀ ਹਾਈਸ ਪਾਵਰ ਇਹਦੀ ਕੀ ਆ 11 ਹੀ ਆ ਉਹੀ ਇਹਦੀ ਹੋਏਗੀ ਡਿਗਰੀ ਠੀਕ ਹੈ ਅਗਰ ਤੇ ਇਕੱਲਾ ਹੈ ਇਕੱਲੇ ਦੇ ਵਿੱਚ ਦੇਖੋ ਜੋ ਤੁਹਾਡਾ ਵਰੀਏਬਲ ਆ ਉਹਦੀ ਹਾਈएस्ट ਡਿਗਰੀ ਕਿੰਨੀ ਆ ਜਾਂ ਉਹਦੀ ਹਾਈएस्ट ਐਕਸਪੋਨੈਂਟ ਕਿੰਨਾ ਜਾਂ ਪਾਵਰ ਕਿੰਨੀ ਆ ਉਹੀ ਉਹਦੀ ਡਿਗਰੀ ਹੋਊਗੀ ਅਗਰ ਤੁਹਾਡੇ ਕੋਲ ਇੱਕ ਤੋਂ ਜ਼ਿਆਦਾ ਵਰੀਏਬਲਸ ਦਿੱਤੇ ਨੇ ਠੀਕ ਆ ਮਲਟੀਪਲਾਈ ਦੇ ਵਿੱਚ ਮਲਟੀਪਲਾਈ ਦੇ ਵਿੱਚ ਇੱਕ ਟਰਮ ਦੇ ਵਿੱਚ ਇੱਕ ਤੋਂ ਜ਼ਿਆਦਾ ਵਰੀਏਬਲ ਆ ਫਸਟ ਟਰਮ ਹਨ ਇਹਦੇ ਵਿੱਚ ਇੱਕ ਤੋਂ ਜ਼ਿਆਦਾ ਵਰੀਏਬਲ ਆ ਉਹਨਾਂ ਵਰੀਏਬਲਸ ਦੀ ਜਿਹੜੀਆਂ ਪਾਵਰਸ ਨੇ ਉਹਨਾਂ ਨੂੰ ਕੀ ਕਰ ਦੋ ਐਡ ਕਰ ਦੋ ਨੈਕਸਟ ਹੈ ਟਾਈਪਸ ਆਫ ਪੋ ਪੋਲੀਨੋਮੀਅਲਸ ਨਹੀਂ ਅਸੀਂ ਪੋਲੀਨੋਮੀਅਲ ਪੜ ਲਿਆ ਫਿਰ ਉਹਦੀ ਡਿਗਰੀ ਪੜ ਲਈ ਕਿ ਡਿਗਰੀ ਕਿਵੇਂ ਫਾਈਂਡ ਕਰਾਂਗੇ ਜਿਹੜਾ ਵੀ ਉਹਦੇ ਵਿੱਚ ਵਰੀਏਬਲ ਹੋਏਗਾ ਉਹਦੀ ਹਾਈਐਸਟ ਪਾਵਰ ਕਿੰਨੀ ਆ ਜਾਂ ਕਹਦੀ ਉਹਦਾ ਹਾਈਐਸਟ ਐਕਸਪੋਨੈਂਟ ਕਿੰਨਾ ਹੈ ਉਹੀ ਉਹਦੀ ਕੀ ਹੁੰਦੀ ਹੈ ਡਿਗਰੀ ਹੁੰਦੀ ਆ ਨੈਕਸਟ ਅਸੀਂ ਦੇਖਨੀ ਆ ਟਾਈਪਸ ਆਫ ਪੋਲੀਨੋਮੀਅਲ ਪੋਲੀਨੋਮੀਅਲਸ ਆ ਟਾਈਪਸ ਕਿਹੜੀਆਂ-ਕਿਹੜੀਆਂ ਇੱਕ ਹੁੰਦੀ ਆ ਲੀਨੀਅਰ ਪੋਲੀਨੋਮੀਅਲ ਲੀਨੀਅਰ ਪੋਲੀਨੋਮੀਅਲ ਮਤਲਬ ਜਿਹਦੇ ਵਿੱਚ ਹਾਈਐਸਟ ਡਿਗਰੀ ਜਿਹੜੀ ਆ 1 ਹੋਵੇ ਜਿਹਦੇ ਵਿੱਚ ਵਰੀਏਬਲ ਦੀ ਵਰੀਏਬਲ ਜਿਹੜਾ ਲੈ ਰਿਹਾ ਉਹਦੀ ਹਾਈਐਸਟ ਡਿ +b ਤੁਸੀਂ ਲੀਨੀਅਰ ਇਕੁਏਸ਼ਨ ਕੀਤੀ ਹੋਈ ਹੈ ਇਕੁਏਸ਼ਨ ਦੇ ਵਿੱਚ ਕੀ ਹੁੰਦਾ ਹੈ ਇਹ ax b 0 ਇਹੀ ਫਾਰਮ ਦੀ ਹੁੰਦੀ ਹੈ ਇਹਨਾਂ ਲੀਨੀਅਰ ਇਕੁਏਸ਼ਨ ਇਹ ਇਕੁਏਸ਼ਨ ਹੈ ਬਟ ਇਹ ਕੀ ਹੈ ਪੋਲੀਨੋਮੀਅਲ ਪੋਲੀਨੋਮੀਅਲ ਲੈਵੇ ਚੱਗੇ ਇਕੁਅਲ ਨਹੀਂ ਲੈਂਦੇ ਅਸੀਂ ਪੋਲੀਨੋਮੀਅਲ ਸਿੰਪਲ ਐਕਸਪ੍ਰੈਸ਼ਨ ਹੁੰਦਾ ਹੈ ਇੱਕ ਠੀਕ ਹੈ ਇਹ ਕੀ ਹੈ ਇਕੁਏਸ਼ਨ ਕਿਉਂਕਿ ਇਹਨੂੰ ਅਸੀਂ ਇਕੁਏਟ ਕਰਤਾ 0 ਦੇ ਇਕੁਅਲ ਜਾਂ 1 2 3 4 ਕਿਸੇ ਦੇ ਵੀ ਇਕੁਅਲ ਅਸੀਂ ਇਕੁਏਟ ਕਰ ਸਕਦੇ ਹਾਂ ਰੀਅਲ ਨੰਬਰਸ ਠੀਕ ਹੈ ਕੋਈ ਵੀ ਰੀਅਲ ਨੰਬਰ ਹੋ ਸਕਦਾ ਹੈ ਇੱਧਰ ਠੀਕ ਹੈ ਇਹ ਕੀ ਹੈ ਐਕਸਪ੍ਰੈਸ਼ਨ ਆ ਇਹ ਕੀ ਹੈ ਇਕੁਏਸ਼ਨ ਆ ਇਹ ਲੀਨੀਅਰ ਇਕੁਏਸ਼ਨ ਦੀ ਫਾਰਮ ਹੈ ਜਰਨਲ ਫਾਰਮ ਆ ਇਹ ਜਰਨਲ ਫਾਰਮ ਕੀ ਹੈ ਲੀਨੀਅਰ ਪੋਲੀਨੋਮੀਅਲ ਦੀ ਯਾਨੀ ਕਿ ax b x ਦੀ ਹਾਈest ਪਾਵਰ ਕਿੰਨੀ ਹੈ 1 ਇਸ ਕਰਕੇ ਇਹਨੂੰ ਕਹ ਰਹੇ ਆ ਲੀਨੀਅਰ ਹੈ ਤੇ ਪੋਲੀਨੋਮੀਅਲ ਤੇ ਸਾਨੂੰ ਪਤਾ ਹੈ ਹੈਗੀ ਹੈ ਕਿਉਂ ਕਿ ਕਿਉਂ ਕਿ ਇਹ ਅਲਜੈਬਰਿਕ ਐਕਸਪ੍ਰੈਸ਼ਨ ਅਲਜੈਬਰਿਕ ਐਕਸਪ੍ਰੈਸ਼ਨ ਕਿਵੇਂ ਆ a ਕਨਸਟੈਂਟ ਹੈ x ਵਰੀਏਬਲ ਹੈ ਮਲਟੀਪਲਾਈ ਹੋ ਰਿਹਾ b b ਵੀ ਇੱਕ ਕਨਸਟੈਂਟ ਹੈ ਯਾਨੀ ਕਿ ਇਹਦੇ ਵਿੱਚ 2 ਟਰਮਸ ਨੇ ਜਿਹਦੇ ਵਿੱਚ ਵਰੀਏਬਲ ਤੇ ਕਨਸਟੈਂਟ ਮਲਟੀਪਲਾਈ ਹੋ ਕੇ ਪਲੱਸ ਹੋ ਕੇ ਆ ਰਹੇ ਨੇ ਇਸ ਕਰਕੇ ਕੀ ਹੈ ਲੀਨੀਅਰ ਪੋਲੀਨੋਮੀਅਲ ਹੈ ਲੀਨੀਅਰ ਪੋਲੀਨੋਮੀਅਲ ਮਤਲਬ ਜੋ ਵੀ ਦਾ ਵਰੀਏਬਲ ਹੈ ਉਹਦੀ ਹਾਈਅਰ ਪਾਵਰ ਕਿੰਨੀ ਹੋਣੀ ਚਾਹੀਦੀ ਹੈ 1 ਹੋਣੀ ਚਾਹੀਦੀ ਹੈ ਔਰ ਇਹਦੀ ਜਨਰਲ ਫਾਰਮ ਹਮੇਸ਼ਾ ਇਸ ਫਾਰਮ ਦੀ ਹੁੰਦੀ ਹੈ ax b ਦੀ ਬਟ ਜਿਹੜਾ ਇਹਦੇ ਵਿੱਚ ਕੋਫੀਸ਼ੀਐਂਟ ਆ ਉਹ ਜ਼ੀਰੋ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਪੋਲੀਨੋਮੀਅਲ ਦੀ ਡੈਫੀਨੇਸ਼ਨ ਹੀ ਕੀਤੀ ਹੀ ਨੋਨ ਜ਼ੀਰੋ ਕੋਫੀਸ਼ੀਐਂਟਸ ਹੋਣੇ ਚਾਹੀਦੇ ਹਨ ਠੀਕ ਹੈ ਜ਼ੀਰੋ ਹੋ ਗਿਆ ਤੇ ਉਹ ਜ਼ੀਰੋ ਪੋਲੀਨੋਮੀਅਲ ਬਣ ਜਾਏਗੀ ਉਹ ਲੀਨੀਅਰ ਪੋਲੀਨੋਮੀਅਲ ਨਹੀਂ ਆਏਗੀ ਜ਼ੀਰੋ ਆ ਗਿਆ a ਇੰਟੂ a ਦੀ ਜਗ੍ਹਾ ਤੇ ਜ਼ੀਰੋ ਆ ਜਾਏ b 0 ਆ ਜੇ ਤਾਂ a ਕੀਮਾ ਨਹੀਂ 0 ਪੋਲੀਨੋਮੀਅਲ ਲੀਨੀਅਰ ਨਹੀਂ ਬਣੀ ਔਰ ਐਵੇਂ ਕੋਛਾ ਦੇ 0x b ਏ ਕੀ ਹੋ ਜਾਏਗੀ a 0 ਹੋ ਗਿਆ b ਹੋ ਗਿਆ a ਕਨਸਟੈਂਟ ਪੋਲੀਨੋਮੀਅਲ ਕਿਉਂਕਿ ਇਹਦੇ ਵਿੱਚ ਕੱਲੀ ਕਿਹੜੀ ਟਰਮ ਬਚ ਗਈ ਕਨਸਟੈਂਟ ਟਰਮ ਕਨਸਟੈਂਟ ਟਰਮ ਵਾਲੀ ਜਨੀਆਂ ਵੀ ਪੋਲੀਨੋਮੀਅਲਸ ਹੁੰਦੀਆਂ ਉਹਨਾਂ ਨੂੰ ਕਨਸਟੈਂਟ ਪੋਲੀਨੋਮੀਅਲ ਬੋਲਦੇ ਆਂ ਔਰ ਜ਼ੀਰੋ ਜਿਹਦੇ ਵਿੱਚ ਕੋਈ ਟਰਮ ਉਹਨੂੰ ਕਹ ਦਿੰਨੇ ਆਂ ਜ਼ੀਰੋ ਪੋਲੀਨੋਮੀਅਲ ਇਹਦੇ ਵਿੱਚ ax b ਫਾਰਮ ਦੀ ਹੈ a 0 ਨਹੀਂ ਹੋਣਾ ਚਾਹੀਦਾ ਨੋਨ ਜ਼ੀਰੋ ਹੋਏਗਾ ਕੋਫੀਸ਼ੀਐਂਟ x ਦੀ ਪਾਵਰ 1 ਹੈ ਇਸ ਕਰਕੇ ਇਹਨੂੰ ਕਹਿੰਨੇ ਆਂ ਲੀਨੀਅਰ ਪੋਲੀਨੋਮੀਅਲ ਕੁਆਡਰੇਟਿਕ ਦੇ ਵਿੱਚ ਵੀ ਤੁਸੀਂ ਇਹਦੀ ਜਰਨਲ ਫਾਰਮ ਯਾਦ ਰੱਖਣੀ ਆ ax2 bx plus c ਸੋਰੀ ਜ਼ੀਰੋ ਨਹੀਂ ਆਣਾ ਇਕੁਅਲ ਟੂ a ਇਕੁਏਸ਼ਨ ਬਣ ਗਈ ax+b ax2+bx+c ਜਿਹਦੇ ਵਿੱਚ a 0 ਨਹੀਂ ਹੋਏਗਾ ਕਿਉਂਕਿ ਅਗਰ a 0 ਹੋ ਗਿਆ ਤਾਂ a ਕੀ ਬਣ ਜਣੀ ਆ ਫਿਰ ਲੀਨੀਅਰ ਬਟ ਅਸੀਂ ਤੇ ਕਿਹਦੀ ਗੱਲ ਕਰ ਰਹੇ ਆ ਕੁਆਡਰੇਟਿਕ ਦੀ ਕੁਆਡਰੇਟਿਕ ਮਤਲਬ ax2+bx+c ਜਿਹਦੇ ਵਿੱਚ a ਜਿਹੜਾ ਆ ax2 ਦਾ x2 ਦਾ ਕੋਫੀਸ਼ੀਐਂਟ 0 ਨਹੀਂ ਹੋਏਗਾ ਹਾਈest ਕੋਫੀਸ਼ੀਐਂਟ ਜਿਹੜਾ ਵੇਰੀਏਬਲ ਹੈ ਵੇਰੀਏਬਲ ਦੀ ਹਾਈest ਡਿਗਰੀ ਕਿੰਨੀ ਆ 2 ਇਸ ਕਰਕੇ ਇਹਨੂੰ ਕੁਆਡਰੇਟਿਕ ਕਹਿੰਦੇ ਆ ਡਿਗਰੀ 1 ਵਾਰੀ ਪੋਲੀਨੋਮੀਅਲ ਨੂੰ ਡਿਗਰੀ 1 ਵਾਰੀ ਪੋਲੀਨੋਮੀਅਲ ਨੂੰ ਲੀਨੀਅਰ ਪੋਲੀਨੋਮੀਅਲ ਕਹਿੰਦੇ ਆ ਡਿਗਰੀ 2 ਵਾਰੀ ਪੋਲੀਨੋਮੀਅਲ ਨੂੰ ਅਸੀਂ ਕੁਆਡਰੇਟਿਕ ਪੋਲੀਨੋਮੀਅਲ ਕਹਿੰਦੇ ਔਰ ਡਿਗਰੀ 3 ਵਾਲੀ ਪੋਲੀਨੋਮੀਅਲ ਨੂੰ ਅਸੀਂ ਕਯੂਬਿਕ ਪੋਲੀਨੋਮੀਅਲ ਕੰਨ ਨੇ ਆ ਠੀਕ ਆ ਫਾਰਮ ਤੁਸੀਂ ਯਾਦ ਰੱਖਣੀ ਆ ਏ ਐਕਸ ਐਕਸ ਦੀਆਂ ਵੈਲਿਊ ਘਟਾਈ ਜਾਣੀਆਂ ਕਨਸਟੈਂਟ ਚੇਂਜ ਕਰੀ ਜਾਓ ਏ ਪਹਿਲਾਂ ਇੱਥੇ ਐਕਸ ਸਕੁਅਰ ਹੀ ਫਿਰ ਇੱਥੇ ਕੀ ਹੋ ਗਿਆ ਐਕਸ ਦੀ ਪਾਵਰ 2 1 ਇੱਥੇ ਕੀ ਆ ਜਗੀ ਐਕਸ ਦੀ ਵੈਲਿਊ 0 0 ਅਸੀਂ ਤਾਂ ਨਹੀਂ ਲਿਖਦੇ ਕਿਉਂਕਿ 0 ਕਿਸੇ ਦੀ ਵੀ ਵੈਲਿਊ 0 ਹੀ ਹੁੰਦੀ ਹੈ ਸਾਡੇ ਕੋਲ 1 ਹੁੰਦੀ ਹੈ ਯਾਨੀ ਕਿ ਐਵੇਂ ਬਣਦਾ ਏ ਐਕਸ ਸਕੁਅਰ ਪਲੱਸ ਬੀ ਐਕਸ ਦੀ ਪਾਵਰ 1 ਪਲੱਸ ਸੀ ਐਕਸ ਦੀ ਪਾਵਰ 0 ਏ ਐਕਸ ਸਕੁਅਰ ਪਲੱਸ ਬੀ ਐਕਸ 1 ਲਿਖੋ ਜਾਂ ਨਾ ਲਿਖੋ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਸੀ ਕਿ ਹਿੱਸੇ ਦੀ ਵੀ ਪਾਵਰ 0 ਕੀ ਹੁੰ ਸੀ ਸੀ ਹੋ ਜਾਏਗਾ ਉਸੇ ਤਰ੍ਹਾਂ ਇਹਦੇ ਵਿੱਚ ਵੀ ਕਨਸਟੈਂਟ ਜਿਹੜੇ ਕੋਫੀਸ਼ੀਐਂਟ ਆ ਉਹ ਨਾਲ ਲਿਖੀ ਜਾਓ ਏ ਐਕਸ ਕਯੂਬ ਫਿਰ ਬੀ ਐਕਸ ਦੀ ਪਾਵਰ ਘਟਾ ਦਿਓ ਸਕੁਅਰ ਪਲੱਸ ਸੀ ਐਕਸ ਦੀ ਪਾਵਰ ਘਟਾ ਦਿਓ 1 ਘਟਾਤੀ ਪਲੱਸ ਡੀ ਐਕਸ ਦੀ ਪਾਵਰ 0 0 1 ਹੁੰਦਾ ਉਹ ਬਈ ਸਿੰਪਲ ਆ ਗਈ ਤੇ ਏ ਇਹਦੇ ਵਿੱਚ 0 ਨਹੀਂ ਹੋਣਾ ਚਾਹੀਦਾ ਕਿਉਂਕਿ ਏ 0 ਹੋ ਗਿਆ ਤੇ ਇਹ ਟਰਮ ਪੂਰੀ 0 ਬਣ ਜਾਏਗੀ ਤੇ ਏ ਹੀ ਬਣ ਜਾਏਗੀ ਕੁਆਡਰੈਟਿਕ ਬਟ ਸਾਨੂੰ ਕੀ ਚਾਹੀਦੀ ਹੈ ਕਯੂਬਿਕ ਕਯੂਬਿਕ ਮਤਲਬ ਉਹਦਾ ਜਿਹੜਾ ਵਰੀਏਬਲ ਹੈ ਇਹ ਵਰੀਏਬਲ ਇਹਦੇ ਵਿੱਚ ਕਿਹੜਾ ਚੱਲ ਰਿਹਾ ਐਕਸ ਵਰੀਏਬਲ ਦੇ ਵਿੱਚ ਹੈ ਠੀਕ ਹੈ ਕਯੂਬਿਕ ਪੋਲੀਨੋਮੀਅਲ ਆ ਕਿਉਂਕਿ ਇਹਦੀ ਹਾਇਰ ਡਿਗਰੀ ਕਿੰਨੀ ਹੈ 3 ਆ ਉਸੇ ਤਰ੍ਹਾਂ ਕਨਸਟੈਂਟ ਕੀ ਹੁੰਦੀ ਆ ਜਿਹਦੇ ਵਿੱਚ ਡਿਗਰੀ ਕੀ ਹੋਏ ਪੋਲੀਨੋਮੀਅਲ ਦੀ ਜ਼ੀਰੋ ਯਾਨੀ ਕਿ ਉਹਦੇ ਵਿੱਚ ਜਿਹੜਾ ਵਰੀਏਬਲ ਹੈ ਵਰੀਏਬਲ ਦੀ ਹਾਇਰ ਪਾਵਰ ਕੀ ਹੋਏ ਜ਼ੀਰੋ ਹੈ ਠੀਕ ਹੈ ਇਹ ਆਪਣੇ ਆਪ ਦੇ ਵਿੱਚ ਹੀ ਹਾਇਰ ਠੀਕ ਹੈ ਜਾਂ ਕਨਸਟੈਂਟ ਕਨਸਟੈਂਟ 5 ਇੰਟੂ 5 ਸਾਡੇ ਕੋ ਕੋਨਸਟੈਂਟ ਆ 5 ਦਾ ਮਤਲਬ ਕੀ ਹੈ ਕੋਨਸਟੈਂਟ ਟਰਮ ਹੈ ਸਾਡੇ ਕੋ 5 ਨੂੰ ਅਸੀਂ ਐਵੇਂ ਲਿਖ ਸਕਦੇ ਹਾਂ 5 ਮਲਟੀਪਲਾਈ x ਦੀ ਪਾਵਰ 0 ਇਹਦਾ ਮਤਲਬ ਇਹਦੇ ਵਿੱਚ ਜਿਹੜਾ ਵਰੀਏਬਲ ਹੈ ਵਰੀਏਬਲ ਦੀ ਪਾਵਰ ਕਿੰਨੀ ਹੈ 0 ਇਸ ਕਰਕੇ ਇਹਨੂੰ ਅਸੀਂ ਕਹਿੰਦੇ ਨੇ ਆ ਪੋਲੀਨੋਮੀਅਲ ਆਫ ਡਿਗਰੀ 0 ਜਿਹੜੀ ਪੋਲੀਨੋਮੀਅਲ ਜੇਦੀ ਡਿਗਰੀ 0 ਹੋਏ ਉਹਨੂੰ ਹੀ ਕੋਨਸਟੈਂਟ ਪੋਲੀਨੋਮੀਅਲ ਕਹਿੰਦੇ ਨੇ ਆ ਜਾਂ ਕਹਿੰਦੇ ਜਿਹਦੇ ਵਿੱਚ ਸਿਰਫ ਕੋਨਸਟੈਂਟ ਟਰਮ ਹੁੰਦੀ ਹੈ ਕੋਨਸਟੈਂਟ ਟਰਮ ਦਾ ਹੋਣ ਦਾ ਮਤਲਬ ਉਹਦੇ ਵਿੱਚ ਜਿਹੜਾ ਵਰੀਏਬਲ ਹੈ ਵਰੀਏਬਲ ਦੀ ਪਾਵਰ ਕੀ ਹੋਏਗੀ ਜਾਂ ਡਿਗਰੀ ਕੀ ਹੋਏਗੀ 0 ਹੋਏਗੀ ਉਹਦੀ ਠੀਕ ਹੈ ਨੈਕਸਟ ਦੇਖ ਲਓ 0 ਪੋਲੀਨੋਮੀਅਲ ਕਨਸਟੈਂਟ ਪੋਲੀਨੋਮੀਅਲ 0 ਇਸ ਕਾਲਡ 0 ਪੋਲੀਨੋਮੀਅਲ ਉਹ ਕਨਸਟੈਂਟ ਪੋਲੀਨੋਮੀਅਲ ਕਿਉਂਕਿ ਆਪਣੇ ਆਪ ਦੇ ਵਿੱਚ 0 ਵੀ ਕੀ ਆ ਕਨਸਟੈਂਟ ਵੈਲਿਊ ਆ ਕਿਉਂਕਿ 0 ਕੀ ਆ 0 ਦੀ ਵੈਲਿਊ ਸਾਨੂੰ ਪਤਾ 0 ਆ ਤੇ ਉਹ ਕਨਸਟੈਂਟ ਆ ਫਿਕਸਡ ਆ ਠੀਕ ਹੈ ਇਹਦਾ ਮਤਲਬ 0 ਕਨਸਟੈਂਟ ਹੋਏਗਾ ਤੇ ਉਹਨੂੰ 0 ਪੋਲੀਨੋਮੀਅਲ ਕਹਾਂਗੇ ਕੋਈ ਹੋਰ ਕਨਸਟੈਂਟ ਤੋਏ ਇਕੱਲਾ ਉਹਨੂੰ ਕੀ ਕਹਾਂਗੇ ਕਨਸਟੈਂਟ ਪੋਲੀਨੋਮੀਅਲ ਕਿਉਂਕਿ ਉਹਦੇ ਵਿੱਚ ਇਹ ਵੀ ਯਾਦ ਰੱਖਿਓ ਕਨਸਟੈਂਟ ਪੋਲੀਨੋਮੀਅਲ ਦੀ ਡਿਗਰੀ ਹਮੇਸ਼ਾ ਕੀ ਹੁੰਦੀ ਹੈ 0 ਹੁੰਦੀ ਹੈ ਠੀਕ ਹੈ ਨੈਕਸਟ ਦੇਖੋ ਟਰਮਸ ਕਿੰਨੀਆਂ ਹੋਣਗੀਆਂ ਕੋਈ ਵੀ ਇੱਕ ਜਰਨਲ ਫਾਰਮ ਮੈਂ ਤੁਹਾਨੂੰ ਬਣਾ ਕੇ ਦੱਸੀ ਹੀ ਜਰਨਲ ਫਾਰਮ ਕੀ ਹੁੰਦੀ ਹੈ ਪੋਲੀਨੋਮੀਅਲ ਦੀ a0x ਦੀ ਪਾਵਰ 0 a1x ਦੀ ਪਾਵਰ 1 ਅਪ ਟੂ son n ਤੱਕ ਯਾਨੀ ਕਿ ਇਹਦੇ ਵਿੱਚ ਅਗਰ ਅਸੀਂ ਟਰਮ ਕਾਊਂਟ ਕਰਾਂਗੇ ਤੇ 1 ਤੋਂ ਲੈ ਕੇ n ਤੱਕ ਕਿੰਨੀਆਂ ਹੋ ਗਈਆਂ n ਤੇ ਇੱਕ ਕਨਸਟੈਂਟ ਵੀ ਆ ਜਾਂਦੀ ਹੈ ਇਸ ਦਾ ਮਤਲਬ ਹੈ ਤੇ ਕਿੰਨੀਆਂ ਟਰਮ ਹੁੰਦੀਆਂ n 1 ਉਸੇ ਤਰ੍ਹਾਂ ਇਹਦੇ ਵਿੱਚ ਦੇਖ ਲੋ ਲੀਨੀਅਰ ਵਾਲੀ ਚ 1 ਤੇ 2 ਹੈ ਲੀਨੀਅਰ ਸੀ ਪਰ ਟਰਮਸ ਕਿੰਨੀਆਂ ਹੁੰਦੀਆਂ ਇਹਦੇ ਚ 2 ਹੁੰਦੀਆਂ ਕੁਆਡਰੈਟਿਕ ਹੈ ਬਟ ਕੁਆਡਰੈਟਿਕ ਮਤਲਬ 2 ਡਿਗਰੀ ਵਾਲੀ ਬਟ ਟਰਮਸ ਇਹਦੇ ਵਿੱਚ ਕਿੰਨੀਆਂ ਹੁੰਦੀਆਂ ਕਨਸਟੈਂਟ ਵੀ ਵਿੱਚ ਕਾਊਂਟ ਹੁੰਦਾ 3 ਪਾਵਰ ਵਾਲੀ ਚ ਟਰਮਸ ਕਿੰਨੀ ਆਉਂਦੀਆਂ ਆ 4 ਠੀਕ ਹੈ ਨੰਬਰ ਆਫ ਟਰਮਸ ਨੈਕਸਟ ਹੈ ਜ਼ੀਰੋਜ਼ ਆਫ ਪੋਲੀਨੋਮੀਅਲ ਪੋਲੀਨੋਮੀਅਲਸ ਦੀਆਂ ਹੀ ਨੈਕਸਟ ਸਾਡਾ ਅਸੀਂ ਪੜਿਆ ਸਭ ਤੋਂ ਪਹਿਲਾਂ ਪੋਲੀਨੋਮੀਅਲ ਫਿਰ ਅਸੀਂ ਉਹਦੀ ਡਿਗਰੀ ਪੜੀ ਆ ਫਿਰ ਅਸੀਂ ਟਾਈਪਸ ਆਫ ਪੋਲੀਨੋਮੀਅਲਸ ਪੜੀਆਂ ਹੁਣ ਅਸੀਂ ਫਾਈਂਡ ਕਰਾਂਗੇ ਜ਼ੀਰੋਜ਼ ਆਫ ਪੋਲੀਨੋਮੀਅਲ ਜਾਂ ਜ਼ੀਰੋਜ਼ ਆਫ ਪੋਲੀਨੋਮੀਅਲ ਕੀ ਹੁੰਦੀਆਂ ਨੇ ਪੋਲੀਨੋਮੀਅਲ ਅਸੀਂ ਪੜ ਲਿਆ ਐਵੇਂ ਦੀ ਹੁੰਦੀ ਆ ਇਹ ਕਿਹੜੀ ਆ ਸੌਰੀ ਇਹ ਕਿਹੜੀ ਪੋਲੀਨੋਮੀਅਲ ਹੈ ਕੁਆਡਰੇਟਿਕ ਕਿਉਂਕਿ ਇਹਦੀ ਹਾਇਰ ਪਾਵਰ ਕਿੰਨੀ ਹੈ 2 ਕਿਹਦੀ ਵਰੀਏਬਲ ਦੀ ਹਾਈ ਡਿਗਰੀ ਕਿੰਨੀ ਆ ਡਿਗਰੀ ਕੀ ਹੈ 2 ਜਾਂ ਕਿਹਦੀ ਵਰੀਏਬਲ ਦੀ ਹਾਈਐਸਟ ਪਾਵਰ ਕਿੰਨੀ ਹੈ 2 ਇਸ ਕਰਕੇ ਇਹ ਕਿਹੜੀ ਹੈ ਕੁਆਡਰੇਟਿਕ ਪੋਲੀਨੋਮੀਅਲ ਹੈ ਠੀਕ ਹੈ ਪੋਲੀਨੋਮੀਅਲ ਆ ਅਸੀਂ ਦੇਖਣਾ ਇਹਦੀਆਂ ਜ਼ੀਰੋਸ ਕਿਹੜੀਆਂ ਗੜੀਆਂ ਅਸੀਂ ਵੈਲਿਊ ਐਵੇਂ ਪੁੱਟ ਕਰਦੇਗੇ ਇਹਦੇ ਚ ਕਦੀ ਵੈਲਿਊ ਐਕਸ ਪੁੱਟ ਕਰ ਲਈ ਮਤਲਬ ਹਿੱਟ ਐਂਡ ਟ੍ਰਾਇਲ ਮੈਥਡ ਨਾਲ ਅਸੀਂ ਇਹਦੇ ਵਿੱਚ ਐਕਸ ਦੀ ਵੈਲਿਊ 1 ਪੁੱਟ ਕਰ ਲਈ ਪਹਿਲਾਂ 1 ਪੁੱਟ ਕੀਤੀ 1 ਦਾ ਸਕੁਅਰ 1 3 ਮਲਟੀਪਲਾਈ 1 3 -sin omega le liya plus 2 1 ਦਾ ਸਕੁਅਰ 1 ਨਹੀਂ ਹੁੰਦਾ -3 2 2 1 3 3 3 0 ਯਾਨੀ ਕਿ ਇਹ 0 ਬਣ ਗਿਆ ਉਹ ਵੈਲਿਊ x ਦੀ ਉਹ ਵੈਲਿਊ x ਦੀ ਉਹ ਵੈਲਿਊ ਕੋਈ ਵੀ ਹੋ ਸਕਦੀ ਹੈ a b c k ਮੈਂ ਲੈ ਲਿਆ k ਦਾ ਮਤਲਬ 1 2 3 ਕੁਝ ਵੀ ਹੋ ਸਕਦਾ x ਦੀ ਉਹ ਵੈਲਿਊ ਜਿੰਨੂੰ ਅਸੀਂ ਪੋਲੀਨੋਮੀਅਲ ਚ ਪੁੱਟ ਕਰੀਏ ਉਸ ਪੋਲੀਨੋਮੀਅਲ ਚ ਪੁੱਟ ਕਰੀਏ ਤਾਂ ਉਹਨੂੰ ਉਹ ਜ਼ੀਰੋ ਬਣਾ ਦੇ ਉਨੂੰ ਜ਼ੀਰੋ ਬਣਾ ਦੇ ਜਿਵੇਂ ਇੱਥੇ ਅਸੀਂ ਇਹ ਪੋਲੀਨੋਮੀਅਲ ਦੇ ਵਿੱਚ ਐਕਸ ਦੀ ਜਗ੍ਹਾ ਤੇ ਕਿਹੜੀ ਵੈਲਿਊ ਪੁੱਟ ਕੀਤੀ ਹੈ 1 1 ਨੇ ਇਸ ਪੋਲੀਨੋਮੀਅਲ ਨੂੰ ਕੀ ਬਣਾਤਾ ਜ਼ੀਰੋ ਬਣਾਤਾ ਇਹਦਾ ਮਤਲਬ 1 ਜਿਹੜਾ ਆ ਇਸ ਪੋਲੀਨੋਮੀਅਲ ਦੀ ਕੀ ਹੈ ਜ਼ੀਰੋ ਆ ਠੀਕ ਹੈ ਨੈਕਸਟ ਇੱਕ ਹੋਰ ਚੈੱਕ ਕਰ ਲੋ 2 ਚੈੱਕ ਕੀਤਾ 2 ਦਾ ਸਕੁਅਰ ਐਕਸ ਦੀ ਜਗ੍ਹਾ ਤੇ 2 ਪੁੱਟ ਕੀਤਾ 2 ਸਕੁਅਰ 6 3 2 ਜਿਉਂਕਿ ਐਕਸ ਦੀ ਜਗ੍ਹਾ ਤੇ 2 ਪੁੱਟ ਕਰਨਾ 3 2 6 2 2 2 ਸਕੁਅਰ 4 4 2 6 6 ਐਵੇਂ ਕਰ ਲੋ ਚਾਹੇ चाहे एवें कर लो फोर माइनस फोर सिक्स माइनस टू माइनस फोर माइनस माइनस जीरो ठीक है यानी कि टू ने भी टू ने भी इस पोलीनोमियल ने बनाता जीरो बनाते मतलब टू भी इस जीरो का की पोलीनोमियल है जीरो है नैक्सट असी पुट करते जावे एक नहीं आएगा जीरो देल जिमें जी, माइनस वन पुट की माइनस वन का स्केयर की हो जाएगा माइनस वन का स्केयर वन थ्री मल्टीप्लाई माइनस वन माइनस माइनस प्लस प्लस थ्री प्लस टू थ्री प्लस फोर 3+1=4 4+2=6 60 ਦੇ ਇਕੁਅਲ ਨਹੀਂ ਹੁੰਦਾ ਇਹਦਾ ਮਤਲਬ -1 ਪੁੱਟ ਕਰਨ ਤੇ ਸਾਡੇ ਕੋਲ ਵੈਲਿਊ ਕੀ ਆ ਰਹੀ ਹੈ 6 60 ਦੇ ਇਕੁਅਲ ਨਹੀਂ ਹੈ ਇਹਦਾ ਮਤਲਬ -1 ਨੂੰ ਜਦੋਂ ਅਸੀਂ ਇਸ ਪੋਲੀਨੋਮੀਅਲ ਵਿੱਚ ਪੁੱਟ ਕੀਤਾ ਇਹਨੇ ਇਹਨੂੰ 0 ਨਹੀਂ ਬਣਾਇਆ ਇਹਦਾ ਮਤਲਬ ਇਹ ਇਸ ਪੋਲੀ ਜੋ ਸਾਨੂੰ ਪੋਲੀਨੋਮੀਅਲ ਦਿੱਤੀ ਹੈ ਦੀ 0 ਨਹੀਂ ਹੈਗੀ ਨੈਕਸ ਅਸੀਂ 2 ਲਈ ਵੀ ਚੈੱਕ ਕਰਾਂਗੇ 3 ਲਈ -2 ਲਈ -3 ਲਈ ਕਿਸੇ ਲਈ ਵੀ ਇਹ 0 ਨਹੀਂ ਆਏਗਾ ਇਸ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਜਿਹੜੀ ਕੁਆਡਰੇਟਿਕ ਪੋਲੀਨੋਮੀਅਲ ਹੈ ਮਤਲਬ 2 ਡਿਗਰੀ ਵਾਲੀ ਉਹਦੀਆਂ ਸਿਰਫ ਉਹੀ ਜ਼ੀਰੋਜ਼ ਹੁੰਦੀਆਂ ਨੇ ਅਗਰ ਲੀਨੀਅਰ ਹੋਏ ਤੇ ਲੀਨੀਅਰ ਦੇ ਕੋਰਸਪੋਂਡਿੰਗ ਇੱਕੋ ਜ਼ੀਰੋ ਹੁੰਦੀ ਆ ਯਾਨੀ ਕਿ ਇੱਕੋ x ਦੀ ਵੈਲਿਊ ਹੁੰਦੀ ਆ ਜਾਂ ਇੱਕੋ ਕਹਿ ਦਈਏ ਵੈਲਿਊ ਆ ਮੇਦੀ ਰੀਅਲ ਨੰਬਰ ਰੀਅਲ ਵੈਲਿਊ ਆ ਰੀਅਲ ਹੋ ਸਕਦੀ ਆ ਨਾ ਰੀਅਲ ਵੈਲਿਊ ਮਤਲਬ x ਦੀ ਵੈਲਿਊ ਮਾਈਨਸ ਦੇ ਵਿੱਚ ਵੀ ਹੋ ਸਕਦੀ ਆ ਪਲੱਸ ਦੇ ਵਿੱਚ ਵੀ ਹੋ ਸਕਦੀ ਆ ਜ਼ੀਰੋ ਵੀ ਹੋ ਸਕਦੀ ਆ ਜਿਹੜੀ ਉਸ ਪੋਲੀਨੋਮੀਅਲ ਨੂੰ ਕੀ ਬਣਾਉਂਦੀ ਆ ਜ਼ੀਰੋ ਬਣਾਉਂਦੀ ਆ ਇਹ ਦੋ ਉਹ ਐਗਜ਼ਾਮਪਲਸ ਨੇ ਇਹਨਾਂ ਨੂੰ ਤੁਸੀਂ ਖੁਦ ਕਰਕੇ ਦੇਖਿਓ ਕਿ ਇਹਦੇ ਵਿੱਚ ਵੀ ਪਾਵਰ 2 ਦਾ ਮਤਲਬ ਇਹਦੀਆਂ ਵੀ ਦੋ ਹੀ ਜ਼ੀਰੋਜ਼ ਬਣਨਗੀਆਂ ਇਹਦੇ ਵਿੱਚ ਵੀ ਪਾਵਰ 2 ਦਾ ਮਤਲਬ ਇਹਦੀਆਂ ਵੀ ਦੋ ਹੀ ਜ਼ੀਰੋਜ਼ ਬਣਨਗੀਆਂ ਬਾਕੀ ਜਿੰਨੀਆਂ ਮਰਜ਼ੀ ਵੈਲਿਊਜ਼ ਪੁੱਟ ਕਰਦੇ ਜਾਓ ਇਹ ਪੋਲੀਨੋਮੀਅਲ ਦੇ ਵਿੱਚ ਐਕਸ ਦੀਆਂ 1 2 ਜਿੰਨੀਆਂ ਮਰਜ਼ੀ ਪੁੱਟ ਕਰਦੇ ਜਾਓ ਇੰਨੇ ਇਹਨੂੰ ਜ਼ੀਰੋ ਨਹੀਂ ਬਣਾਉਣਾ ਸਿਰਫ ਦੋ ਹੀ ਵੈਲਿਊ ਹੋਣਗੀਆਂ ਠੀਕ ਹੈ ਇਹਦਾ ਮਤਲਬ ਫੋਰ ਐਵਰੀ ਕੁਆਡਰੇਟਿਕ ਪੋਲੀਨੋਮੀਅਲ ਦਾ ਵੈਲਿਊ ਬਿਕਮਸ ਜ਼ੀਰੋ ਫੋਰ ਟੂ ਵੈਲਿਊਜ਼ ਆਫ ਐਕਸ ਓਨਲੀ ਐਕਸ ਦੀਆਂ ਕੋਈ ਵੀ ਕੁਆਡਰੇਟਿਕ ਪੋਲੀ y ਦੀ ਫਾਰਮ ਚ ਵੀ ਹੋ ਸਕਦੀ ਐਵੇਂ ਵੀ ਹੋ ਸਕਦੀ ਹੈ y2 y 2 ਸਕੁਅਰ ਫਿਰ ਇੱਕ ਪਾਵਰ ਘਟ ਗਈ ਫਿਰ ਅੱਗੇ ਕਨਸਟੈਂਟ ਕਿਉਂਕਿ ਅਸੀਂ ਜਰਨਲ ਫਾਰਮ ਲੇਖਦੇ ਹਾਂ ਨਾ ax2 bx c ਤੇ ਵੇਰੀਏਬਲ ਉਹਦੇ ਵਿੱਚ ਕੁਝ ਵੀ ਹੋ ਸਕਦਾ x ਹੋ ਸਕਦਾ y ਹੋ ਸਕਦਾ z ਹੋ ਸਕਦਾ ਕਿਸੇ ਵੀ ਫਾਰਮ ਦਾ ਹੋ ਸਕਦਾ ਯਾਨੀ ਕਿ ਕੁਆਡਰੇਟਿਕ ਹੈ ਤੇ ਦਾ ਮਤਲਬ ਦੋ ਹੀ ਵੈਲਿਊਜ਼ ਹੋਣਗੀਆਂ ਉਹ ਵਰੀਏਬਲ ਦੀਆਂ ਜਾਂ ਐਕਸ ਵਾਈ ਦੀਆਂ ਜੋ ਵੀ ਅਸੀਂ ਲੈ ਰਹੇ ਹਾਂ ਜੋੜੀਆਂ ਉਹਨੂੰ ਜ਼ੀਰੋ ਬਣਾਉਂਦੀਆਂ ਹੋਣਗੀਆਂ ਦਾ ਵੈਲਿਊ ਆਫ ਐਕਸ ਫੋਰ ਵਿੱਚ ਪੋਲੀਨੋਮੀਅਲ ਬਿਕਮਸ ਜ਼ੀਰੋ ਇਸ ਕਾਲਡ ਜ਼ੀਰੋ ਆਫ ਪੋਲੀਨੋਮੀਅਲ ਪਹਿਲਾਂ ਹੀ ਦੱਸਤਾ ਕਿ ਐਕਸ ਦੀ ਉਹ ਵੈਲਿਊ ਜਿਹੜੀ ਉਸ ਪੋਲੀਨੋਮੀਅਲ ਨੂੰ ਜ਼ੀਰੋ ਬਣਾ ਰਹੀ ਆ ਉਹ ਦੀ ਕੀ ਹੁੰਦੀ ਆ ਜ਼ੀਰੋ ਹੁੰਦੀ ਆ ਜਿਵੇਂ 1 ਇਹਨੂੰ ਜ਼ੀਰੋ ਬਣਾ ਰਿਹਾ ਸੀ 1 ਇਸ ਜ਼ੀਰੋ ਆਫ ਦਿਸ ਪੋਲੀਨੋਮੀਅਲ 2 ਇਸ ਜ਼ੀਰੋ ਆਫ ਦਿਸ ਪੋਲੀਨੋਮੀਅਲ ਕਲੀਅਰ ਹੈ ਨੈਕਸਟ ਦੇਖੋ ਕਨਕਲੂਜਨ ਕੀ ਨਿਕਲ ਕਿ ਇਫ ਦੀ ਵੈਲਿਊ ਆਫ ਕੁਆਡਰੈਟਿਕ ਪੋਲੀਨੋਮੀਅਲ ਕੁਆਡਰੈਟਿਕ ਪੋਲੀਨੋਮੀਅਲ ਇਸ ਫਾਰਮ ਦੀ ਹੁੰਦੀ ਹੈ ax2 bx plus c ਬਿਕਮ ਜ਼ੀਰੋ ਅਗਰ ਉਹ ਕੁਆਡਰੈਟਿਕ ਜਿਹੜੀ ਪੋਲੀਨੋਮੀਅਲ ਲੈ ਰਹੇ ਆ ਉਹਦੀ ਵੈਲਿਊ ਅਗਰ ਜ਼ੀਰੋ ਆ ਜਾਂਦੀ ਹੈ ਕਿਸੇ x ਦੀ ਵੈਲਿਊ ਪੁੱਟ ਕਰਨ ਦੇ x ਦੀ ਵੈਲਿਊ p ਮੈਂ ਤਾਂ ਲਈ ਹੈ p ਕੁਝ ਵੀ ਹੋ ਸਕਦੀ ਹੈ 1 2 3 4 ਕੁਝ ਵੀ ਹੋ ਸਕਦੀ ਹੈ ਦੈਨ p ਇਸ ਕਾਲਡ ਦ ਜ਼ੀਰੋ ਆਫ that ਕੁਆਡਰੈਟਿਕ ਪੋਲੀਨੋਮੀਅਲ ਕੁਆਡਰੈਟਿਕ ਪੋਲੀਨੋਮੀਅਲ ਹੈਜ਼ ਐਟ ਮੋਸਟ 2 ਜ਼ੀਰੋ ਅਸੀਂ ਸਾਰਾ ਦਾ ਸਾਰਾ ਕਨਕਲੂਡ ਕਰ ਰਹੇ ਹਾਂ ਜੋ ਪੜਿਆ ਇੱਕ ਤੇ ਕੀ ਹੈ ਕਿ ਜਿਹੜੀ ਵੈਲਿਊ ਐਕਸ ਦੀ ਉਹ ਵੈਲਿਊ ਜਾਂ ਜੋ ਵੀ ਤੁਸੀਂ ਲੈ ਰਹੇ ਹੋ ਪੋਲੀਨੋਮੀਅਲ ਉਹਦੇ ਵਿੱਚ ਜੋ ਵੀ ਤੁਹਾਡੇ ਕੋਲ ਵਰੀਏਬਲ ਹੈ ਉਹ ਵਰੀਏਬਲ ਦੀ ਉਹ ਵੈਲਿਊ ਜਿਹੜੀ ਉਹ ਪੋਲੀਨੋਮੀਅਲ ਨੂੰ ਕੀ ਬਣਾ ਦਿੰਦੀ ਹੈ ਜ਼ੀਰੋ ਬਣਾ ਦਿੰਦੀ ਹੈ ਉਹਨੂੰ ਉਸ ਪੋਲੀਨੋਮੀਅਲ ਦੀ ਜ਼ੀਰੋ ਕਵਾਂਗੇ ਤੇ ਜ਼ੀਰੋ ਜਿਹੜੀ ਹੁੰਦੀ ਹੈ ਕਿਸੇ ਵੀ ਕੁਆਡਰੇਟਿਕ ਪੋਲੀਨੋਮੀਅਲ ਦੇ ਵਿੱਚ ਕੁਆਡਰੇਟਿਕ ਪੋਲੀਨੋਮੀਅਲ ਦੇ ਵਿੱਚ ਕਿੰਨੀਆਂ ਜ਼ੀਰੋ ਹੁੰਦੀਆਂ ਨੇ 2 ਜ਼ੀਰੋਜ਼ ਹੁੰਦੀਆਂ ਨੇ ਇਹ ਤੁਹਾਡਾ ਐਮਸੀਕਿਊ ਬਣ ਸਕਦਾ ਹੈ ਕੁਆਡਰੇਟਿਕ ਪੋਲੀਨੋਮੀਅਲਸ ਦੇ ਵਿੱਚ ਕਿੰਨੀਆਂ ਜ਼ੀਰੋ ਹੁੰਦੀਆਂ ਨੇ 2 ਕਯੂਬਿਕ ਦੇ ਵਿੱਚ ਕਿੰਨੀਆਂ ਹੁੰਦੀਆਂ ਨੇ 2 ਅਟ ਮੋਸਟ ਦਾ ਮਤਲਬ ਜਿਆਦਾ ਤੋਂ ਜਿਆਦਾ ਦੋ ਹੀ ਹੋ ਸਕਦੀਆਂ ਨੇ ਦੋ ਤੋਂ ਵੱਧ ਕਦੀ ਨਹੀਂ ਹੋਣਗੀਆਂ ਲੀਨੀਅਰ ਦੇ ਵਿੱਚ ਕਿੰਨੀਆਂ ਜ਼ੀਰੋ ਹੁੰਦੀਆਂ ਨੇ ਦੋ ਇੱਕ ਕਿਉਂਕਿ ਲੀਨੀਅਰ ਦੇ ਵਿੱਚ ਜੋ ਤੁਹਾਡੇ ਕੋਲ ਵਰੀਏਬਲ ਆ ਉਹਦੀ ਹਾਈਅਰ ਪਾਵਰ ਕਿੰਨੀ ਹੁੰਦੀ ਹੈ 1 ਹੀ ਹੁੰਦੀ ਹੈ ਲੀਨੀਅਰ ਪੋਲੀਨੋਮੀਅਲ ਇਸ ਫਾਰਮ ਦੀ ਹੁੰਦੀ ਆ ਕੁਆਡਰੇਟਿਕ ਹੁੰਦੀ ਹੈ ਸਾਡੇ ਕੋਲ ਏ ਐਕਸ ਸਕੁਅਰ ਪਲੱਸ ਬੀ ਐਕਸ ਪਲੱਸ ਸੀ ਦੀ ਇਹਦੇ ਵਿੱਚ ਕਿੰਨੀਆਂ ਇਹਦੇ ਵਿੱਚ 1 ਜ਼ੀਰੋ ਇਹੀ ਓਨਲੀ ਠੀਕ ਹੈ ਇਹਦੇ ਵਿੱਚ 2 ਜ਼ੀਰੋਜ਼ ਹੋਣਗੀਆਂ ਤੇ ਕਯੂਬਿਕ ax^3 bx^2 cx d ਇਹਦੇ ਵਿੱਚ ਕਿੰਨੀਆਂ ਐਟ ਮੋਸਟ ਜ਼ੀਰੋ ਹੋ ਸਕਦੀਆਂ 3 ਜ਼ੀਰੋਸ ਹੋ ਸਕਦੀਆਂ ਉਸੇ ਤਰ੍ਹਾਂ ਅਗਰ ਜਨਰਲ ਪੋਲੀਨੋਮੀਅਲ ਹੈ ਜੇ ਦੀ ਡਿਗਰੀ n ਦਿੱਤੀ ਆ ਉਹਦੇ ਵਿੱਚ ਐਟ ਮੋਸਟ n ਜ਼ੀਰੋ ਹੀ ਹੋ ਸਕਦੀਆਂ ਨੇ ਕਲੀਅਰ ਹੈ ਕਿ ਜੀ ਤੁਹਾਨੂੰ ਪੋਲੀਨੋਮੀਅਲ ਦਿੱਤੀ ਆ ਉਹਦੇ ਵਿੱਚ ਵੈਲਿਊਜ਼ ਪੁੱਟ ਕਰਦੇ ਜਾਓ ਤੇ ਚੈੱਕ ਕਰਦੇ ਜਾਓ ਤੇ ਉਹ ਦੀ ਜ਼ੀਰੋ ਹੈ ਜਾਂ ਨਹੀਂ ਹੈ ਜਿਵੇਂ ਤੁਹਾਨੂੰ ਕੋਈ ਮਤਲਬ ਐਵੇਂ ਦਿੱਤਾ ਵੀ ਆ ਸਕਦਾ ਐ MCQ ਇਸ ਫਾਰਮ ਦਾ ਆ ਸਕਦਾ ਫੋਰ ਇਗਜ਼ਾਮਪਲ ਐਵੇਂ ਕੁਝ ਦਿੱਤਾ ਹੋਏ x2 x 2x 2 ਠੀਕ ਹੈ ਥੱਲੇ অপਸ਼ਨ ਦਿੱਤੇ ਹੋਣਗੇ ਤੁਹਾਨੂੰ ਕਿ ਚੈੱਕ ਥੱਲੇ অপਸ਼ਨ ਦਿੱਤੇ ਹੋਣਗੇ ਜਿਵੇਂ ਦਿੱਤਾ ਹੈ 2 1 ਯਾਨੀ ਕਿ ਇਹ ਪੋਲੀਨੋਮੀਅਲ ਦਿੱਤੀ ਹੋਏਗੀ ਔਰ ਤੁਹਾਨੂੰ ਦਿੱਤਾ ਹੋਏਗਾ ਨੀਚੇ ਵੈਲਿਊਜ਼ ਦਿੱਤੀਆਂ ਹੋਣਗੀਆਂ ਚੈੱਕ ਕਰਨਾ ਕਿ ਇਹਨਾਂ ਦੇ ਵਿੱਚੋਂ ਕਿਹੜੀ ਇਹਦੀ ਜ਼ੀਰੋ ਆ which of the following is a zero of this polynomial ਠੀਕ ਹੈ ਇਹਨਾਂ ਦੇ ਵਿੱਚੋਂ ਕਿਹੜੀ ਇਹਦੀ ਜਿਹੜੀ ਹੈ 0 ਆ ਕਿਵੇਂ ਚੈੱਕ ਕਰਾਂਗੇ ਪੁੱਟ ਕਰਦੇ ਜਾਓ x ਦੀ ਜਗ੍ਹਾ ਤੇ ਪੋਲੀਨੋਮੀਅਲ px ਫਾਰਮ ਦੀ ਦਿੱਤੀ ਹੈ px ਯਾਨੀ ਕਿ x ਦੀ ਜਗ੍ਹਾ ਤੇ ਅਸੀਂ ਕੀ ਪੁੱਟ ਕਰਾਂਗੇ 2 ਪੁੱਟ ਕਰਾਂਗੇ 2 ਸਕੁਅਰ 3 ਮਲਟੀਪਲਾਈ 2 2 2 2 ਸਕੁਅਰ 4 3 2 6 2 ट्वैल्व आ गया ट्वैल्व जीरो नहीं आया तो मतलब ये जीरो नहीं आ गई नैक्सट माइनस वन पुट करके देखो माइनस वन पुट करा माइनस वन स्केयर प्लस थ्री मल्टीप्लाई माइनस वन प्लस टू माइनस वन का स्केयर वन थ्री मल्टीप्लाई माइनस वन माइनस थ्री प्लस टू टू प्लस वन 3 3 minus 3 0 दैट मींस ए ਕੀ ਹੈ ਇਸ पॉलीनोमीयल ਦੀ ਕੀ ਹੈ 0 ਯਾਨੀ ਕਿ ਇਸ ਫਾਰਮ ਇਸ ਫਾਰਮ ਦੇ ਤੁਹਾਨੂੰ एमसीक्यू ਆ ਸਕਦੇ ਆ ਠੀਕ ਹੈ ਤੁਸੀਂ ਕੀ ਕਰਨਾ ਬਾਈ ਆਪਸ਼ਨ ਹੀ ਚੈੱਕ ਕਰ ਲੈਣਾ ਪੁੱਟ ਕਰਕੇ ਦੇਖ ਲੈਣੀ ਵੈਲਿਊ ਜਿਹੜੀ ਉਹਨੂੰ 0 ਬਣਾਉਂਦੀ ਹੋਏਗੀ ਉਹੀ ਉਹਦੀ ਕੀ ਹੋਏਗੀ 0 ਹੋਏਗੀ ਠੀਕ ਹੈ ਨੈਕਸਟ ਕੀ ਹੋ ਸਕਦਾ ਇਹ ਤੇ ਸਿੰਪਲ ਸੀ ਨਾ ਤੁਹਾਡੇ ਕੋ ਕੀ ਜ਼ੀਰੋਜ਼ ਕਿੰਨੀਆਂ ਹੁੰਦੀਆਂ ਨੇ ਕੁਆਡਰੇਟਿਕ ਦੀਆਂ ਕਿੰਨੀਆਂ ਜ਼ੀਰੋ ਹੁੰਦੀਆਂ ਕੁਆਡਰੇਟਿਕ ਪੋਲੀਨੋਮੀਅਲ ਆਉਂਦੀਆਂ ਦੋ ਜ਼ੀਰੋਜ਼ ਹਨ ਠੀਕ ਹੈ ਲੀਨੀਅਰ ਦੀਆਂ ਇਕੋ ਜ਼ੀਰੋ ਹੁੰਦੀਆਂ ਕਿਉਂਕਿ ਲੀਨੀਅਰ ਦੇ ਵਿੱਚ ਜਿਹੜਾ ਤੁਹਾਡਾ ਵਰੀਏਬਲ ਹੈ ਉਹਦੀ ਹਾਇਰ ਪਾਵਰ ਕਿੰਨੀ ਹੁੰਦੀ ਹੈ 1 ਉਸੇ ਤਰ੍ਹਾਂ ਕਯੂਬਿਕ ਵੀ ਐਵੇਂ ਹੀ ਹੁੰਦੀ ਹੈ ਨੈਕਸਟ ਇਹ ਹੈ ਕਿ ਜ਼ੀਰੋਜ਼ ਤੁਹਾਨੂੰ ਫਾਈਂਡ ਕਰਨ ਅਗਰ ਤੁਹਾਨੂੰ ਕਹਿਣ ਕਿ ਇਸ ਪੋਲੀਨੋਮੀਅਲ ਕੋਈ ਪੋਲੀਨੋਮੀਅਲ ਦਿੱਤੀ ਹੋਈ ਉਹਦੀ ਜ਼ੀਰੋਜ਼ ਫਾਈਂਡ ਕਰੋ ਇਹ ਤੇ ਅਸੀਂ ਚੈੱਕ ਕਰ ਰਹੇ ਸੀ ਨਾ ਕਿ ਇਹਦੀ ਜ਼ੀਰੋ ਕਿਹੜੀ ਬਣ ਰਹੀ ਹੈ ਜਾਂ ਕਿੰਨੀਆਂ ਆਉਂਦੀਆਂ ਨੇ ਸਾਨੂੰ ਇਹ ਪਤਾ ਲੱਗ ਗਿਆ ਫੋਰ ਐਗਜ਼ਾਮਪਲ ਤੁਹਾਨੂੰ ਪੋਲੀਨੋਮੀਅਲ ਐਵੇਂ ਦਿੱਤੀ ਹੋਈ ਆ ਪੀ ਐਕਸ ਇਸ ਇਕੁਅਲ ਟੂ ਐਕਸ ਸਕੁਅਰ ਮਾਈਨਸ -1 ਤੇ نیچے ਮੈਂ ਤੁਹਾਨੂੰ ਦੇ ਦਾਂ ਕਿ ਇਹਦੀਆਂ ਜ਼ੀਰੋਜ਼ ਜਿਹੜੀਆਂ ਆ ਟਿੱਕ ਲਗਾਓ ਟਿੱਕ ਦੀ கரੈਕਟ ਆਪਸ਼ਨ অফ ਪੋਲੀਨੋਮੀਅਲ ਜ਼ੀਰੋਜ਼ ਜਿਹੜੀ ਤੁਹਾਨੂੰ ਪੋਲੀਨੋਮੀਅਲ ਦਿੱਤੀ ਆ ਉਹਦੀਆਂ ਜਿਹੜੀਆਂ ਜ਼ੀਰੋਜ਼ ਨੇ ਉਹਨਾਂ ਤੇ கரੈਕਟ ਆਪਸ਼ਨ ਲਗਾਓ ਜਿੱਦਾਂ ਮੈਂ ਲਿਖਤਾ ਇੱਕ -1 ਤੇ 1 ਇੱਥੇ ਲਿਖਤਾ 2 ਤੇ -2 ਇੱਥੇ ਲਿਖਤਾ 3 ਤੇ -3 ਜਾਤੇ ਤੁਸੀਂ ਬਾਇ 옵ਸ਼ਨ ਵੀ ਚੈੱਕ ਕਰ ਸਕਦੇ ਹੋ ਇੱਥੇ ਪੁੱਟ ਕਰਕੇ ਦੇਖ ਲਓ ਦੋਨਾਂ ਨੂੰ ਇੱਕ ਵਾਰੀ ਮੈਂ 1 1 ਪੁੱਟ ਕੀਤਾ 1² 1 1 1 0 ਔਰ ਅਗਰ -1 ਦਾ ਸਕੁਅਰ ਕੀ ਹੋ ਜਾਂਦਾ ਤੁਹਾਡੇ ਕੋਲ +1 ਹੀ ਆ ਜਾਂਦਾ ਠੀਕ ਹੈ ਉਸੇ ਤਰ੍ਹਾਂ ਦਾ +1 ਵੀ ਪੁੱਟ ਕਰਾਂਗੀ 1 1 0 ਆ ਜਾਏਗਾ ਯਾਨੀ ਕਿ অপਸ਼ਨ ਮੇਰਾ A ਆ A ਤੇ ਬਾਈ অপਸ਼ਨ ਆ ਠੀਕ ਹੈ ਇੱਕ ਸਿੰਪਲ ਜਿਹੜਾ ਅਸੀਂ ਇਹਦਾ ਕਹਿੰਦੇ ਨੇ ਮੈਥਡ ਹੁੰਦਾ ਮੈਥਡ ਕੀ ਕਹਿੰਦਾ ਕਿ ਜਦੋਂ ਤੁਸੀਂ ਜ਼ੀਰੋਜ਼ ਫਾਈਂਡ ਕਰਨੀਆਂ ਹੋਣ ਜਦੋਂ ਵੀ ਕਿਸੇ ਪੋਲੀਨੋਮੀਅਲ ਦੀਆਂ ਜ਼ੀਰੋ ਫਾਈਂਡ ਕਰਨੀਆਂ ਹੋਣ ਉਹ ਪੋਲੀਨੋਮੀਅਲ ਨੂੰ ਦੇ ਇਕੁਅਲ ਰੱਖ ਦੋ ਜ਼ੀਰੋ ਦੇ ਇਕੁਅਲ ਰੱਖ ਦੋ x² 1 ਫਿਰ ਕੀ ਹੋ ਜਾਏਗਾ ਜ਼ੀਰੋ ਪੋਲੀਨੋਮੀਅਲ ਤੁਹਾਨੂੰ ਕੀ ਦਿੱਤੀ ਹੋਈ ਹੈ x² 1 ਉਹਨੂੰ ਜ਼ੀਰੋ ਦੇ ਇਕੁਅਲ ਪੁੱਟ ਕਰ ਦੋਗੇ x² ਵਨ ਉਧਰ ਜਾ ਕੇ ਕੀ ਹੋ ਜਾਏਗਾ ਪਲੱਸ ਤਾਂ ਐਕਸ ਇਧਰ ਦੋ ਵੈਲਿਊ ਐ ਤੇ ਇਧਰ ਕੀ ਆ ਜਾਏਗੀ ਪਲੱਸ ਮਾਈਨਸ 1 ਜਾਂ ਐਵੇਂ ਕਰ ਸਕਦੇ ਹੋ ਜਾਂ ਇਹਨੂੰ ਐਵੇਂ ਵੀ ਕਰ ਸਕਦੇ ਹੋ ਐਕਸ ਸਕੁਅਰ 1 ਦਾ ਸਕੁਅਰ ਇਕੁਅਲ ਟੂ 0 a ਸਕੁਅਰ b ਸਕੁਅਰ ਕੀ ਹੁੰਦਾ a, a b a b ab 0 ਹੋਏਗਾ ਦੋਨਾਂ ਦਾ ਪ੍ਰੋਡਕਟ 0 ਹੈ दैट मींस ab ਇਕੁਅਲ ਟੂ 0 ਹੋ ਸਕਦਾ ਜਾਂ a ਇਕੁਅਲ ਟੂ 0 ਹੋ ਸਕਦਾ ਠੀਕ ਹੈ ਇੱਥੋਂ x ਦੀ ਵੈਲਿਊ ਕੀ ਆ ਜਾਏਗੀ ਉਧਰ ਜਾ ਕੇ -1 ਇਧਰ ਕੀ ਆ ਜਾਏਗੀ +1 ਚਾਹੇ ਤੇ ਐਵੇਂ ਕਰ ਲਓ ਕਿਉਂਕਿ ਸਕੁਅਰ ਹੈ ਸਕੁਅਰ ਜਦੋਂ ਇਧਰ ਆ ਕੇ ਇਆ ਰੂਟ ਹੁੰਦਾ ਠੀਕ ਹੈ ਆਪਦੀ ਪਲੱਸ ਮਾਈਨਸ 1 ਵੈਲਿਊ ਆndi ਹੈ ਇੱਕ ਵਾਰੀ ਪਲੱਸ 1 ਔਰ ਮਾਈਨਸ 1 ਕਿਉਂਕਿ ਪਾਵਰ 2 ਆ ਤੇ ਵੈਲਿਊਜ਼ ਵੀ ਸਾਡੇ ਕੋ ਕੁ ਐਕਸ ਦੀਆਂ ਕਿੰਨੀ ਆਣੀਆਂ 2 ਤੁਸੀਂ ਸਿੰਪਲ ਐਵੇਂ ਕਰ ਲਿਆ ਕਰੋ ਜਿਹੜੀ ਸਾਡੇ ਕੋ ਆ ਆਇਡੈਂਟੀਟੀ ਆ a² b² ਵਾਲੀ ਉਹ ਬਣਾ ਲਿਆ ਕਰੋ ਕਿਉਂਕਿ 1 ਨੂੰ 1² ਲਿਖ ਸਕਦੇ ਆਂ ਅਸੀਂ a² b² ਕੀ ਹੁੰਦਾ a b ਔਰ a b ਯਾਨੀ ਕਿ ਅਗਰ ਤੁਸੀਂ ਜ਼ੀਰੋਜ਼ ਫਾਈਂਡ ਕਰਨੀਆਂ ਨੇ ਜ਼ੀਰੋਜ਼ ਫਾਈਂਡ ਕਰਨੀਆਂ ਨੇ ਕਿਸੇ ਪੋਲੀਨੋਮੀਅਲ ਦੀਆਂ ਤੇ ਉਹ ਪੋਲੀਨੋਮੀਅਲ ਨੂੰ ਜ਼ੀਰੋ ਦੇ ਇਕੁਅਲ ਰੱਖ ਲਓ ਤੁਹਾਡੇ ਕੋ ਜ਼ੀਰੋਜ਼ ਆ ਜਾਣਗੀਆਂ ਅਦਰਵਾਈਜ਼ ਇੱਥੇ ਤੁਹਾਨੂੰ ਐਮਸੀਕਿਊ ਦੀ ਫਾਰਮ ਦੇ ਵਿੱਚ ਹੀ ਆਣਿਆ ਤੁਸੀਂ ਬਾਈ ਆਪਸ਼ਨ ਚੈੱਕ ਕਰੋ ਬਾਈ ਆਪਸ਼ਨ ਕਿਵੇਂ ਉਸ ਪੋਲੀਨੋਮੀਅਲ ਦੇ ਵਿੱਚ ਉਹਨੂੰ ਪੁੱਟ ਕਰ ਦਿਓ ਔਰ ਚੈੱਕ ਕਰਦੇ ਜਾਓ ਕਿ ਉਹ ਕਿਹੜੀ ਵੈਲਿਊ ਜਿਹੜੀ ਉਹਨੂੰ ਜ਼ੀਰੋ ਬਣਾ ਰਹੀ ਹੈ ਉਹੀ ਤੁਹਾਡੀਆਂ ਜ਼ੀਰੋਜ਼ ਹੋਣਗੀਆਂ ਠੀਕ ਹੈ ਆਈ ਹੋਪ ਤੁਹਾਨੂੰ ਸਾਰੇ ਦਾ ਸਾਰਾ ਜੋ ਕਨਸੈਪਟ ਮੈਂ ਅੱਜ ਕਰਵਾਇਆ ਕਲੀਅਰ ਹੋ ਗਿਆ ਹੋਗਾ ਨੈਕਸਟ ਜੋ ਦੀ ਗ੍ਰਾਫੀਕਲ ਰਿਪਰੈਜ਼ੈਂਟੇਸ਼ਨ ਆ ਜ਼ੀਰੋਜ਼ ਦੀ ਉਹ ਅਸੀਂ ਨੈਕਸਟ ਵੀਡੀਓ ਵਿੱਚ ਕੰਟੀਨਿਊ ਕਰਾਂਗੇ ਥੈਂਕਸ ਫॉर ਵਾਚਿੰਗ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ आवर ਚੈਨਲ